ਪੰਜਾਬ ਵਿੱਚ ਪਿਛਲੇ 3 ਸਾਲਾਂ ਤੋਂ ਬਹਿਬਲ ਕਲਾਂ, ਕੋਟਕਪੂਰਾ ਅਤੇ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਪੂਰੀ ਤਰ੍ਹਾਂ ਵਿਵਾਦਿਤ ਹੋ ਚੁੱਕੀਆਂ ਨੇ। ਇਸ ਵਕਤ ਸਾਡੇ ਨਾਲ ਹੈ ਪੰਜਾਬ ਦੇ ਸਾਬਕਾ DGP ਸਮੇਰ ਸਿੰਘ ਸੈਣੀ, ਜਿਹੜੇ ਕਿ ਪਹਿਲੀ ਵਾਰੀ ਨਿਊਜ਼ 18 ਦੇ ਉੱਤੇ ਆਪਣਾ ਉਹ ਸਾਰੀਆਂ ਘਟਨਾਵਾਂ 'ਤੇ ਪੱਖ ਰੱਖਣ ਜਾ ਰਹੇ ਨੇ। ਸੋ ਮੇਰਾ ਪਹਿਲਾ ਸਵਾਲ ਸੈਣੀ ਸਾਹਿਬ ਇਹ ਆ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਜਿਹੜੇ ਆ ਬੇਅਦਬੀ ਹੋਈ ਆ, ਉਹਨਾਂ ਦੇ ਪਿੱਛੇ ਅਸਲ ਵਿੱਚ ਕੌਣ ਲੋਕ ਨੇ? ਅਕਤੂਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਈ ਇੰਸੀਡੈਂਟ ਇੱਕ ਤੋਂ ਬਾਅਦ ਇੱਕ ਇਸ ਸੂਬੇ ਵਿੱਚ ਹੋਏ। ਬਰਗਾੜੀ, ਤਰਨ ਤਾਰਨ, ਸੰਗਰੂਰ, ਫਿਰੋਜ਼ਪੁਰ, ਲੁਧਿਆਣਾ, ਉਹਨਾਂ ਦਿਨਾਂ 'ਚ ਜਿੰਨਾ ਕੁ ਮੈਨੂੰ ਹੁਣ ਯਾਦ ਹੈ, ਹੋਰ ਜਗ੍ਹਾ ਵੀ ਹੋਏ ਸੀ। ਉਹਨਾਂ ਦਿਨਾਂ 'ਚ ਨਾਲ ਦੀ ਨਾਲ ਕੁਛ ਇੰਸੀਡੈਂਟ ਟਰੇਸ ਹੋ ਗਏ ਸੀ। ਲੁਧਿਆਣੇ ਟਰੇਸ ਹੋ ਗਿਆ ਸੀ, ਸੰਗਰੂਰ ਹੋ ਗਿਆ ਸੀ, ਤਰਨ ਤਾਰਨ ਹੋ ਗਿਆ ਸੀ, ਕੁਛ ਅੱਡੇ ਟਰੇਸ ਨਹੀਂ ਹੋਏ ਸੀ। ਲੋਕਾਂ 'ਚ ਗੁੱਸਾ ਸੀ, ਗੁੱਸਾ ਜਾਇਜ਼ ਸੀ। ਪੰਜਾਬ 'ਚ ਉਹਨਾਂ ਦਿਨਾਂ ਬਹੁਤ ਜਗ੍ਹਾ ਲੋਕਾਂ ਨੇ ਰੋਸ ਪ੍ਰਗਟ ਕੀਤਾ, ਤਰਨੇ ਹੋਏ। ਇੱਕ ਸਮਾਂ ਆਇਆ ਸੀ ਜਦੋਂ 100 ਤੋਂ ਵੱਧ ਜਗ੍ਹਾ ਛੋਟੇ ਛੋਟੇ ਤਰਨੇ ਹੁੰਦੇ ਸੀ। ਹਰ ਇੱਕ ਜਗ੍ਹਾ ਪੁਲਿਸ ਨੇ ਜਾ ਕੇ ਬਹੁਤ ਸੈਂਸਿਟਿਵਿਟੀ ਨਾਲ, ਨਮਰਤਾ ਦੇ ਨਾਲ ਮਨਾ ਮਨਾ ਕੇ ਲੋਕਾਂ ਨੂੰ ਇਹ ਸਮਝਾਉਂਦੇ ਹੋਏ ਕਿ ਬਹੁਤ ਮਾੜੀ ਗੱਲ ਹੋਈ ਹੈ, ਗੁੱਸਾ ਤੁਹਾਡਾ ਜਾਇਜ਼ ਹੈ, ਲੇਕਿਨ ਸੜਕਾਂ ਨਾ ਰੋਕੋ, ਚੌਂਕ ਨਾ ਘੇਰੋ। ਬਰਗਾੜੀ ਵੀ ਧਰਨਾ ਸੀ, ਉੱਥੇ ਵੀ ਪੁਲਿਸ ਨੇ ਉਹੀ ਕੀਤਾ ਜੋ ਹਰ ਤਾਂ ਬਾਕੀ ਜਗ੍ਹਾ ਪੰਜਾਬ 'ਚ ਕਰਦੀ ਸੀ। ਕੋਟਕਪੂਰਾ ਸ਼ਹਿਰ ਬਰਗਾੜੀ ਦੇ ਲਾਗੇ ਹੈ, ਸ਼ਾਇਦ 13-14 ਕਿਲੋਮੀਟਰ ਬਰਗਾੜੀ ਤੋਂ। ਉੱਥੇ ਵੀ ਲੋਕਾਂ ਨੇ ਰੋਸ ਧਰਨਾ ਦਿੱਤਾ। ਜਿਸ ਦਿਨ ਇਹ ਕੋਟਕਪੂਰਾ ਯੂਜ਼ ਆਫ ਫੋਰਸ ਹੋਈ ਹੈ, ਉਸ ਤੋਂ ਇੱਕ ਦਿਨ ਪਹਿਲਾਂ ਕੋਟਕਪੂਰਾ 'ਚ 1000 ਤੋਂ ਵੱਧ ਬੰਦਾ ਧਰਨੇ 'ਤੇ ਬੈਠਾ ਸੀ। ਉਹਨਾਂ ਨੂੰ ਵੀ ਪਰਸੂਏਸ਼ਨ ਕਰਕੇ ਬੜੀ ਨਮਰਤਾ ਦੇ ਨਾਲ, ਸਿਵਲ ਐਡਮਿਨਿਸਟ੍ਰੇਸ਼ਨ ਦੀਆਂ ਗੱਡੀਆਂ ਸੀਗੀਆਂ, ਉਹਨਾਂ 'ਚ ਬਿਠਾ ਕੇ ਉੱਥੋਂ ਭੇਜਿਆ ਗਿਆ। ਜਦੋਂ ਦਾ ਇਹ ਬਕੂਆ ਹੈ, ਉਸ 'ਚ ਥੋੜ੍ਹਾ ਜਿਹਾ ਫਰਕ ਪੈ ਗਿਆ, ਕਿਉਂਕਿ ਇੱਕ ਤਾਂ ਅਗਲੇ ਦਿਨ ਉੱਥੇ ਕੁਛ ਰੈਡੀਕਲ ਐਲੀਮੈਂਟ ਆ ਗਏ, ਦੂਸਰਾ ਇਹ ਸੂਚਨਾ ਮਿਲੀ ਕਿ ਉਸ ਤੋਂ ਅਗਲੇ ਦਿਨ ਯਾਨੀ 14 ਤਰੀਕ ਨੂੰ ਸਾਰੇ ਪੰਜਾਬ ਤੋਂ ਰੈਡੀਕਲ ਐਲੀਮੈਂਟ ਉੱਥੇ ਆ ਕੇ ਮੋਰਚਾ ਲਾਉਣਗੇ। ਜੇ ਰੈਡੀਕਲ ਐਲੀਮੈਂਟ ਆ ਕੇ ਕਿਸੇ ਸ਼ਹਿਰ 'ਚ ਮੋਰਚਾ ਲਾਉਂਦੇ ਹੈ, ਉਹਦਾ ਅਸਰ ਲੋਅ ਐਂਡ ਆਰਡਰ 'ਤੇ ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਵਜ੍ਹਾ ਕੁਛ ਵੀ ਹੋਵੇ, ਲੇਕਿਨ ਇਹੋ ਜਿਹਾ ਮੋਰਚਾ ਅਵੋਇਡ ਕਰ ਪਹਿਲਾਂ ਹੀ ਅਵੋਇਡ ਕਰਨਾ ਉਚਿਤ ਸਮਝਿਆ ਗਿਆ। ਲੇਕਿਨ ਜਿਵੇਂ ਕਿ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਕਿਸਾਨਾਂ ਦੇ ਧਰਨੇ ਸੀਗੇ, ਡੇਰਾ ਪ੍ਰੇਮੀਆਂ ਦੇ ਧਰਨੇ ਸੀਗੇ, ਉਸ ਟਾਈਮ ਜਿਹੜੀ ਆ ਪੁਲਿਸ ਫੋਰਸ ਜਿਹੜੀ ਆ ਫੋਰਸ ਨਹੀਂ ਯੂਜ਼ ਕੀਤੀ ਗਈ, ਜ਼ਬਰਦਸਤੀ ਧਰਨਾ ਨਹੀਂ ਉਠਾਇਆ ਗਿਆ, ਅਤੇ ਜਿਹੜਾ ਕੋਟਕਪੂਰੇ ਦਾ ਜਿਹੜਾ ਧਰਨਾ ਉਠਾਇਆ ਗਿਆ ਉਹ ਫੋਰਸਫੁਲੀ ਉਠਾਇਆ ਗਿਆ, ਅਸਲ ਵਜ੍ਹਾ ਕੀ ਸੀਗੀ ਉਹ, ਕਿ ਕਿਉਂ ਜਿਹੜਾ ਆ ਉੱਥੇ ਜਿਵੇਂ ਕਿਹਾ ਜਾ ਰਿਹਾ ਵੀ ਗੋਲੀ ਚਲਾਈ ਗਈ ਆ, ਉੱਥੇ ਲਾਠੀਚਾਰਜ ਕੀਤਾ ਗਿਆ, ਕੀ ਅਸਲ ਅੰਦਰ ਦੇ ਹਾਲਾਤ ਕੀ ਸੀ? ਉਸ ਸ਼ਾਮ, ਉਸ ਰਾਤ ਕੋਟਕਪੂਰੇ 'ਚ ਉਹੀ ਕਾਰਵਾਈ ਕੀਤੀ ਗਈ ਜਿਹੜੀ ਬੀਤੇ ਦਿਨ ਵੀ ਕੀਤੀ ਗਈ ਸੀ, ਬੀਤੀ ਰਾਤ ਵੀ ਕੀਤੀ ਗਈ ਸੀ, ਔਰ ਪੰਜਾਬ 'ਚ ਕੋਈ 100 ਥਾਂ 'ਤੇ ਕੀਤੀ ਗਈ ਸੀ, ਕਿ ਸਮਝਾ ਕੇ ਸੈਂਸਿਟਿਵਿਟੀ ਦੇ ਨਾਲ ਮਨਾ ਕੇ ਜਿਹੜੇ ਧਰਨੇ ਵਾਲੇ ਜਿਹੜੇ ਪ੍ਰੋਟੈਸਟਰ ਬੈਠੇ ਨੇ ਉਹਨਾਂ ਨੂੰ ਉੱਥੋਂ ਹਟਾਇਆ ਜਾਏ। ਉਸ ਦਿਨ ਵੀ ਅਫਸਰਾਂ ਨੇ ਇਹੀ ਪ੍ਰਕਿਰਿਆ ਕੀਤੀ, ਔਰ ਇਹਦੇ ਵੀਡੀਓ ਸਰਕੂਲੇਸ਼ਨ 'ਚ ਹੈਗੇ ਨੇ, ਵੀਡੀਓ 'ਚ ਨਜ਼ਰ ਆ ਰਿਹਾ, ਜਿਸ 'ਚ ਉਹਨਾਂ ਨੂੰ ਮਨਾ ਕੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਬੱਸਾਂ ਦਿੱਤੀਆਂ ਸੀ ਉਹਨਾਂ 'ਚ ਬਿਠਾ ਕੇ ਉੱਥੋਂ ਲਿਜਾ ਰਹੇ ਨੇ। ਇਹ ਪ੍ਰਕਿਰਿਆ ਸ਼ਾਂਤਮਈ ਪ੍ਰਕਿਰਿਆ, ਜਿਸ 'ਚ ਉਹਨਾਂ ਨੂੰ ਸੈਂਸਿਟਿਵਿਟੀ ਦੇ ਨਾਲ ਕੋਈ ਯੂਜ਼ ਆਫ ਫੋਰਸ ਨਹੀਂ, ਉੱਥੋਂ ਰਿਮੂਵ ਕੀਤਾ ਗਿਆ। ਇਹ ਪ੍ਰਕਿਰਿਆ ਤਕਰੀਬਨ 4 ਘੰਟੇ ਚੱਲੀ, ਰਾਤੀ 2-2:30 ਵਜੇ ਤੋਂ ਲੈ ਕੇ ਸਵੇਰੇ 6:30 ਤਕਰੀਬਨ ਇਸ ਸਮੇਂ ਤੱਕ। ਜਿਹੜੀ ਇੱਕ ਗੱਲ ਆ ਰਹੀ ਹੈ ਕਿ ਬਾਰ ਬਾਰ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਗੋਲੀ ਚਲਾਉਣ ਦਾ ਆਰਡਰ ਜਿਹੜਾ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਦਿੱਤਾ ਆ, ਤੁਸੀਂ ਉਹਨਾਂ ਦੇ ਸੰਪਰਕ 'ਚ ਸੀਗੇ,
ਉਮਰਾਨ ਅੰਗਲ ਜੀ ਤੁਹਾਡੇ ਸੰਪਰਕ 'ਚ ਸੀਗੇ, ਰਾਤ ਦੇ ਵਿੱਚ ਫੋਨ ਕਾਲਸ ਡਿਟੇਲਸ ਜਿਹੜੀਆਂ ਕਾਫੀ ਆਈਆਂ ਨੇ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ। ਅਰਲੀ ਮੋਰਨਿੰਗ 14 ਤਰੀਕ ਨੂੰ ਉੱਥੇ ਇੱਕ ਅਚਾਨਕ ਸਡਨ ਕਲੈਸ਼ ਹੋਇਆ, ਇੱਕ ਸੈਕਸ਼ਨ ਸੀਗਾ, ਇੱਕ ਹਿੱਸਾ ਸੀ ਪ੍ਰੋਟੈਸਟਰਸ ਦਾ ਔਰ ਪੁਲਿਸ ਦਾ। ਕਿੱਦਾਂ ਕਲੈਸ਼ ਸ਼ੁਰੂ ਹੋਇਆ ਔਰ ਕਲੈਸ਼ 'ਚ ਕੀ ਹੋਇਆ, ਇਹਦੇ ਵੀਡੀਓ ਅਵੇਲੇਬਲ ਨੇ, ਵੀਡੀਓ ਸਰਕੂਲੇਸ਼ਨ 'ਚ ਨੇ, ਵੀਡੀਓ ਤੁਸੀਂ ਵੀ ਦੇਖੇ। ਜਿਵੇਂ ਕਿ ਲਗਾਤਾਰ ਇਹ ਗੱਲ ਆ ਰਹੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨਾਲ ਤੁਸੀਂ ਸੰਪਰਕ 'ਚ ਸੀਗੇ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਜ਼ਿਕਰ ਆਉਂਦਾ ਕਿ ਗੋਲੀ ਚਲਾਉਣ ਦੇ ਔਰਡਰ ਜਿਹੜੇ ਆ ਐਲੀਗੇਸ਼ਨ ਲੱਗ ਰਹੇ ਨੇ ਕਿ ਗੋਲੀ ਚਲਾਉਣ ਦੇ ਔਰਡਰ ਦਿੱਤੇ ਨੇ, ਅਤੇ ਤੁਸੀਂ ਗਾਂ ਉਮਰਾਨ ਅੰਗਲ ਹੁਣਾਂ ਨੂੰ ਔਰਡਰ ਦਿੱਤੇ ਨੇ, ਅਤੇ ਤਾਂ ਇਹ ਹਾਲਾਤ ਬਣੇ ਗੋਲੀ ਚਲਾਉਣ ਦੇ। ਅਸਲ ਵਿੱਚ ਗੋਲੀ ਚਲਾਉਣ ਦੀ ਵਜ੍ਹਾ ਕਿਉਂ ਬਣੀ ਕੋਟਕਪੂਰਾ ਦੇ ਵਿੱਚ? ਦੇਖੋ, ਬਹੁਤ ਅਫਸੋਸ ਦੀ ਗੱਲ ਹੈ, ਇਸ ਕਿਸਮ ਦੀਆਂ ਕਹਾਣੀਆਂ ਬਣਾਈਆਂ ਗਈਆਂ ਜੋ ਬਿਲਕੁਲ ਕੋਰਾ ਝੂਠ ਹੈ, ਔਰ ਬਣਾਈਆਂ ਵੀ ਉਹਨਾਂ ਲੋਕਾਂ ਨੇ ਹੈ ਜਿਨ੍ਹਾਂ ਤੋਂ ਐਕਸਪੈਕਟੇਸ਼ਨ ਇਹ ਹੈ ਕਿ ਉਹ ਸਟੇਟ ਇੰਟਰਸਟ, ਪਬਲਿਕ ਇੰਟਰਸਟ ਕੀ ਵਾਸਤਵਿਕਤਾ ਹੈਗੀ ਹੈ ਉਹਦੇ ਉੱਤੇ ਦੇ ਵਿਲ ਐਕਟ ਰਿਸਪੋਂਸੀਬਲੀ। ਤਕਰੀਬਨ 2:30 ਤੋਂ ਲੈ ਕੇ 6:30-7 ਤੱਕ ਸ਼ਾਂਤਮਈ ਤਰੀਕੇ ਨਾਲ ਮਨਾ ਮਨਾ ਕੇ ਬੱਸਾਂ 'ਚ ਪ੍ਰੋਟੈਸਟਰਸ ਨੂੰ ਉੱਥੋਂ ਰਿਮੂਵ ਕੀਤਾ, ਇਹ ਚੀਜ਼ ਵੀਡੀਓ 'ਤੇ ਹੈਗੀ ਹੈ। ਜਦੋਂ ਉੱਥੇ ਇੱਕ ਸੈਕਸ਼ਨ ਸੀਗਾ ਪ੍ਰੋਟੈਸਟਰ ਦਾ, ਉਹਨਾਂ ਨੂੰ ਉੱਥੋਂ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਅਚਾਨਕ ਕਲੈਸ਼ ਹੋਇਆ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਲੈਸ਼ ਕਿਵੇਂ ਹੋਇਆ ਉਹ ਵੀਡੀਓ 'ਤੇ ਹੈਗਾ। ਸੈਬਨ ਹੋਇਆ, ਅਚਾਨਕ ਹੋਇਆ, 9-10 ਪ੍ਰੋਟੈਸਟਰ ਇੰਜਰ ਹੋਏ ਨੇ, ਤਕਰੀਬਨ 40 ਪੁਲਿਸ ਵਾਲੇ ਇੰਜਰ ਹੋਏ ਨੇ। ਉਹ ਕਲੈਸ਼ ਤਕਰੀਬਨ 15-20 ਮਿੰਟ ਚੱਲਿਆ ਸਿਚੁਏਸ਼ਨ, ਫਿਰ ਜਿਹੜੇ ਉੱਥੇ ਅਫਸਰ ਸੀ, ਜਿਹੜੀ ਉੱਥੇ ਫੋਰਸ ਸੀ, ਉਹਨਾਂ ਨੇ ਕੰਟਰੋਲ ਕੀਤੀ। ਹੁਣ ਉਸ ਚੀਜ਼ ਨੂੰ ਤੋੜ ਮਰੋੜ ਕੇ ਇੱਕ ਕਹਾਣੀ ਬਣਾਈ ਜਾਏ ਕਿ ਪੀਸਫੁਲ ਪ੍ਰੋਟੈਸਟਰ ਦੇ ਉੱਤੇ ਫਾਇਰਿੰਗ ਦਾ ਹੁਕਮ ਦਿੱਤਾ ਗਿਆ, ਔਰ ਫਾਇਰਿੰਗ ਦਾ ਹੁਕਮ ਉਸ ਸਮੇਂ ਦੇ ਚੀਫ ਮਿਨਿਸਟਰ, ਉਸ ਸਮੇਂ ਦੇ DGP ਨੇ IG ਸਰਦਾਰ ਪਰਮਰਾਜ ਸਿੰਘ ਉਮਰਾਨ ਅੰਗਲ ਨੂੰ ਦਿੱਤਾ, ਇਹ ਬਹੁਤ ਹੀ ਜ਼ਿਆਦਾ ਇਸ ਕਿਸਮ ਦਾ ਝੂਠ, ਬਹੁਤ ਅਫਸੋਸਨਾਇਕ। ਲੇਕਿਨ ਜਿਹੜੀਆਂ ਫੋਨ ਕਾਲਸ ਜਿਹੜੀਆਂ ਕਹਿ ਰਹੇ ਨੇ ਕਿ ਤੁਹਾਡੀਆਂ, ਜਿਵੇਂ SITV ਬਰਿਆਨਾ ਸਾਹਿਬ, ਤੁਸੀਂ ਮੈਨੂੰ ਇਹ ਦੱਸੋ, ਇੱਕ ਲੋਅ ਐਂਡ ਆਰਡਰ ਪ੍ਰੋਬਲਮ ਹੋਵੇ ਸੂਬੇ 'ਚ, ਸਟੇਟ ਕੰਸਰਨ ਦੀ ਹੋਵੇ, ਕੀ ਇਹ ਕੋਈ ਜੁਰਮ ਹੈ ਕਿ ਇੱਕ ਉਸ ਸਮੇਂ ਦੇ ਮੁੱਖ ਮੰਤਰੀ ਉਦੋਂ ਦੇ DGP ਨਾਲ ਰਾਤ ਨੂੰ ਗੱਲ ਕਰਨ? ਕੀ ਕਰਦੇ ਚੀਫ ਮਿਨਿਸਟਰ? ਉਹ ਕਹਿੰਦੇ ਕਿ ਮੈਂ ਨਹੀਂ ਇਸ ਪ੍ਰੋਬਲਮ ਨਾਲ ਡੀਲ ਕਰਨਾ, ਔਰ ਮੈਂ ਉਸ ਉਦੋਂ ਕੀ ਕਰਦਾ, ਮੈਂ ਆਪਣਾ ਫੋਨ ਬੰਦ ਕਰ ਦਿੰਦਾ। ਜੇ ਕੋਈ ਪ੍ਰੋਬਲਮ ਹੈ ਉਹਨੂੰ ਤਾਂ ਡੀਲ ਕਰਨਾ ਪਏਗਾ। ਉਸ ਸਿਲਸਿਲੇ ਦੇ ਵਿੱਚ ਜੇ ਮੈਂ ਉੱਥੇ ਅਫਸਰਾਂ ਦੇ ਨਾਲ ਗੱਲ ਕਰ ਰਿਹਾ ਇਨ ਕਨੈਕਸ਼ਨ ਵਿਦ ਦਾ ਲਾਅ ਐਂਡ ਆਰਡਰ ਪ੍ਰੋਬਲਮ, ਇਜ਼ ਦੈਟ ਐਨ ਓਫੈਂਸ? ਹੁਣ ਇਸ ਕਿਸਮ ਦੀ ਚੀਜ਼, ਜੇ ਇਸ ਕਿਸਮ ਦੇ ਐਲੀਗੇਸ਼ਨ ਲਾਏ ਜਾਣ ਕਿ ਫੋਰਸ ਬਾਹਰੋਂ ਕਿਉਂ ਭੇਜੀ, ਜੇ ਕੋਈ ਦਿੱਕਤ ਹੈ ਤਾਂ ਜ਼ਿਲ੍ਹਾ ਪੁਲਿਸ ਫਰੀਦਕੋਟ 'ਚ ਫੋਰਸ ਘੱਟ ਹੈ, ਇਹ ABC ਹੈ ਪੁਲਿਸ ਸਿੰਘ ਦਾ ਕਿ ਫੋਰਸ ਜ਼ਿਆਦਾ ਬਾਹਰੋਂ ਭੇਜੀ ਜਾਂਦੀ ਹੈ ਤਾਂ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਲੇਕਿਨ ਇੱਕ ਸੈਕਸ਼ਨ ਦੇ ਵਿੱਚ ਸੈਣੀ ਸਾਹਿਬ ਇਹ ਗੱਲ ਕਹੀ ਜਾ ਰਹੀ ਹੈ ਕਿ ਉੱਥੇ ਜਿਹੜੀ ਫੋਰਸ ਭੇਜੀ ਗਈ ਆ, ਵੀ ਇੱਕ IPS ਆਫਿਸਰਸ ਨਹੀਂ ਉੱਥੇ ਡਿਊਟੀ 'ਤੇ ਲਾਏ ਗਏ, PPS ਤੋਂ ਜਿਹੜੇ ਪ੍ਰਮੋਟ ਹੋਏ ਸੀ ਜਾਂ PPS ਆਫਿਸਰ ਜਿਹੜੇ ਆ ਉੱਥੇ, ਜਿਹਨਾਂ ਕਰਕੇ ਸਿਚੁਏਸ਼ਨ ਜਿਹੜੀ ਆ ਉਹ ਬਰਿਆਨਾ ਸਾਹਿਬ, ਇੱਕ ਝੂਠ ਤੋਂ ਬਾਅਦ ਦੂਸਰਾ ਝੂਠ, ਇੱਕ ਕਹਾਣੀ ਤੋਂ ਬਾਅਦ ਦੂਸਰੀ ਕਹਾਣੀ, ਔਰ ਇਹ ਕਰ ਵੀ ਉਹ ਲੋਕ ਰਹੇ ਨੇ ਹੂ ਆਰ ਐਕਸਪੈਕਟਡ ਟੂ ਬੀ ਰਿਸਪੋਂਸੀਬਲ, ਜਿਹਨਾਂ ਤੋਂ ਇਹ ਚੀਜ਼ ਐਕਸਪੈਕਟ ਨਹੀਂ ਕੀਤੀ ਜਾਂਦੀ। ਮਨੋਰਥ ਕੀ ਆ ਉਹਨਾਂ ਦਾ ਫਿਰ? ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ। ਇਹ ਉੱਥੇ ਰੋਹਿਤ ਚੌਧਰੀ ਸਾਹਿਬ ਸੀ ADGP ਲੋਅ ਐਂਡ ਆਰਡਰ, ਉੱਥੇ ਹੀ ਕੈਂਪ ਕਰ ਰਹੇ ਸੀ, ਜ਼ੋਨਲ IG ਸੀ, ਬਾਹਰੋਂ ਅਫਸਰ ਭੇਜੇ ਗਏ, ਖਟਰਾ ਸਾਹਿਬ ਵੀ ਬਾਹਰੋਂ ਗਏ ਸੀਗੇ ਜਿਨ੍ਹਾਂ ਨੇ ਕਾਫੀ ਦੇਰ ਵੀਡੀਓ 'ਚ ਤੁਸੀਂ ਦੇਖਿਆ ਨੈਗੋਸ਼ੀਏਟ ਕੀਤਾ ਉਹਨਾਂ ਦੇ ਨਾਲ, ਉਹਨਾਂ ਨੂੰ ਬਣਾਇਆ ਉਹਨਾਂ ਨੂੰ ਪ੍ਰੋਟੈਸਟਰਸ ਨੂੰ। ਹੁਣ ਇਸ ਚੀਜ਼ ਨੂੰ ਜੋ ਵੀਡੀਓ ਦੇ ਉੱਤੇ ਨਜ਼ਰ ਆ ਰਹੀ ਹੈ ਉਹਦੇ ਉੱਤੇ ਇੱਕ ਮਨੋਹਰ ਕਹਾਣੀ ਬਣਾਤੀ ਜਾਵੇ, ਇੱਕ ਸਫੇਦ ਝੂਠ ਬਣਾਤਾ ਜਾਵੇ, ਕੋਰਾ ਝੂਠ, ਕਿ ਜੇ ਪੀਸਫੁਲ ਪ੍ਰੋਟੈਸਟਰਸ 'ਤੇ ਗੋਲੀਆਂ ਚਲਾਈਆਂ, ਦੇਖ ਲਓ ਵੀਡੀਓ 'ਚ ਕਿਹੜੇ ਕਿਸਨੇ ਪੀਸਫੁਲ ਪ੍ਰੋਟੈਸਟਰ 'ਤੇ ਗੋਲੀਆਂ ਚਲਾਈਆਂ। ਸਿੰਘ ਸਾਹਿਬ, ਆਪਾਂ ਇਹ ਪੁਲਿਸ ਕਾਰਵਾਈ ਜਿਹੜੀ ਹੋਈ ਆ, ਤੁਸੀਂ ਮੰਨਦੇ ਕਿ ਇਹ ਜਾਇਜ਼ ਹੋਈ ਆ ਇਹ ਕਾਰਵਾਈ? ਬਰਿਆਨਾ ਸਾਹਿਬ, ਵੀਡੀਓ ਸ਼ਾਇਦ ਤੁਸੀਂ ਵੀ ਦੇਖਿਆ ਜੀ, ਉੱਥੇ ਕਿਵੇਂ ਕਲੈਸ਼ ਸ਼ੁਰੂ ਹੋਇਆ। ਕੋਈ ਪੁਲਿਸ ਵਾਲਾ, ਭਾਵੇਂ ਉਹ ਕੌਂਸਟੇਬਲ ਹੋਏ ਭਾਵੇਂ ਉਹ DGP ਹੋਏ, ਉਹ ਨਹੀਂ ਚਾਹੁੰਦਾ ਕਿ ਕਲੈਸ਼ ਹੋਵੇ, ਉਹ ਨਹੀਂ ਚਾਹੁੰਦਾ ਕਿ ਕੋਈ ਵਾਇਲੈਂਸ ਹੋਵੇ। ਲੇਕਿਨ ਜੇ ਵਾਇਲੈਂਸ ਹੋ ਜਾਵੇ
उसनों डील करना पैंदा। उत्थे जेड़ी यूज ऑफ फोर्स है, भावें लाठीचार्ज, भावें आंसू गैस, भावें वाटर कैनन, भावें फायरिंग, मैजिस्ट्रेट दे लिखती हुक्मां नाल हुई है, ये मैटर ऑफ रिकॉर्ड है। हुण उहदे उत्ते किसी एक अफसर या दूसरे अफसर या तीसरे अफसर दे उत्ते इल्जाम लाउणा और तोड़ मरोड़ के कहानियां बनाउणियां अपने इंटरेस्ट वास्ते, ये बिल्कुल गलत है। उस तो बाद कोटकपुरे तो बाद जे असी अगे चलीए बैबल कलां, जिहड़ा बैबल कलां कलैश होया उत्थे दी कोई वीडियो भी नहीं आ, लेकिन असल उत्थे की नौबत आई कि उत्थे जिहड़े आ दो लोग जिहड़े आ उत्थे पुलिस गोली नाल मारे गए, क्यों इदां दे हालात बने उत्थे, कि वाकया ही उत्थे भी जिहड़े आ उह पीसफुल सीगे ते पुलिस नूं जिहड़ी आ उत्थे जाके पीसफुली उत्ते गोली चलाई गई? देखो जो कोटकपुरे होया उत्थे काफ़ी कुछ वीडियो ते है और उहदी जिहड़ी वास्तविकता है, हकीकत है, वह आहिस्ता आहिस्ता सामने आ गई। जो बैबल कलां होया उहदी हकीकत हुण तक बाहर नहीं आई है, हुण तक नहीं मैनूं पता कि उत्थे हकीकत च होया की है, वास्तविकता है की, क्योंकि उत्थे डिफरेंट वर्जन हैगे ने, कोई कुछ कह रहा कोई कुछ कह रहा। अक्तूबर 2015 का इंसीडेंट है, बहुत अनफॉर्चुनेट इंसीडेंट है, दो लोगों की जान गई उस, तीन साल किसी ने उदी तफ्तीश नहीं की। कौन जिम्मेवार है जे इदी तफ्तीश नहीं हुई? अकाली गवर्नमेंट रही है, कांग्रेस गवर्नमेंट आई है, तो कौन जिम्मेवार ने कि उस तीन साल उदी जिहड़ी आ तफ्तीश ही नहीं हुई? ये जिन्हां दी गवर्नमेंट सी बरियाना साहब, तुसी उन्हां नूं पुछो जी। अक्तूबर 2015 तो बाद बैबल कलां दी वास्तविकता की है, हकीकत की है, दो बंदियां दी उत्थे जान गई है, वास्तविकता लभ के उत्थे इंसाफ, उत्थे जस्टिस दिता जाए, ये हुण तो बहुत पहला हो जाना चाहिदा सी। तीन साल किसी ने कुछ नहीं किया। जदों ये कमीशन रिपोर्ट आई है उस तो बाद भी किसी ने तफ्तीश दी इंतजार नहीं की। तुहानू की जानकारी मिली सी कि जिहड़ी आप सुन रहे जी, उदों भी किसी ने तफ्तीश दी इंतजार नहीं की। जिसनों जो सूट करदा सी उन्हें उदे अनुसार कहानी बना ली। किसी ने कहा कि जी उस समय दे मुख्यमंत्री नूं गिरफ्तार किया जाए, हले तफ्तीश नहीं शुरू हुई, हले ये नहीं डिसाइड होया कि CBI ने करनी है कि या किसी SIT ने करनी है। पिछले तीन साल किया कुछ नहीं। There was no sincerity in giving justice to the families of the two persons who had died. उत्थे कोई sincerity नहीं सी। सिर्फ उस एक unfortunate incident नूं तोड़ मरोड़ के अपना फायदा किवें लिता जावे, ये इस पासे तुर पए। वो लोग who are supposed to be the protectors of the public, ये बड़ी शर्म की गल। ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਜਿਹੜੀਆਂ ਦੋਨੇ ਘਟਨਾਵਾਂ ਆ ਕੋਟਕਪੁਰਾ ਅਤੇ ਬਹਿਬਲ ਕਲਾਂ ਅਤੇ ਰਾਜਨੀਤੀ ਜ਼ਿਆਦਾ ਹੋਈ ਆ? ਬਰਿਆਣਾ ਸਾਹਿਬ ਇਹ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ? ਮੈਂ ਤੁਹਾਡਾ ਪੱਖ ਜਾਣਨਾ ਚਾਹੁੰਦਾ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਇਹ ਰਾਜਨੀਤੀ ਹੋ ਰਹੀ ਹੈ? ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਜਿੱਥੇ ਤੱਕ ਮੈਨੂੰ ਨਜ਼ਰ ਆ ਰਿਹਾ ਹੈ, ਮੈਨੂੰ ਕੋਈ ਸਿੰਸੀਅਰਿਟੀ ਨਹੀਂ ਨਜ਼ਰ ਆ ਰਹੀ ਹੈ ਕਿ ਬਹਿਬਲ ਕਲਾਂ 'ਚ ਜੋ ਹਕੀਕਤ ਕੀ ਹੋਇਆ ਉਸਨੂੰ ਲੱਭਿਆ ਜਾਵੇ, ਉਹਨਾਂ ਫੈਮਿਲੀਜ਼ ਨੂੰ ਜਸਟਿਸ ਦਿੱਤਾ ਜਾਵੇ। ਉਸ 'ਚ ਮੈਨੂੰ ਕੋਈ ਸਿੰਸੀਅਰਿਟੀ ਨਹੀਂ ਨਜ਼ਰ ਆ ਰਹੀ ਹੈ। ਮੈਨੂੰ ਸਿਰਫ ਇਹ ਨਜ਼ਰ ਆ ਰਿਹਾ ਹੈ ਕਿ ਇੱਕ ਅਨਫੋਰਚੁਨੇਟ ਇੰਸੀਡੈਂਟ ਜਿਸ 'ਚ ਦੋ ਬੰਦਿਆਂ ਦੀ ਜਾਨ ਗਈ ਹੈ, ਉਸਨੂੰ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਕਿਵੇਂ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇ, ਇਹ ਸਪਸ਼ਟ ਨਜ਼ਰ ਆ ਰਿਹਾ, ਜੋ ਬਹੁਤ ਹੀ ਗਲਤ ਚੀਜ਼ ਹੈ, ਜੋ ਇਹਨਾਂ ਲੋਕਾਂ ਤੋਂ ਐਕਸਪੈਕਟਿਡ ਨਹੀਂ ਹੈ। ਇੱਕ ਪਹਿਲਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਦਾ, ਉਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਆਉਂਦੀ ਆ, ਬੜੀ ਛੋਟੀ ਰਿਪੋਰਟ ਆ, ਲੇਕਿਨ ਉਹਨੂੰ ਰੱਦ ਕਰ ਦਿੱਤਾ ਜਾਂਦਾ। ਫਿਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹਦੇ 'ਤੇ ਸਾਰੀ ਕਾਰਵਾਈ ਆਰੰਭੀ ਗਈ ਆ, ਉਸ ਰਿਪੋਰਟ ਦੇ ਵਿੱਚ ਵੀ ਇਹ ਗੱਲ ਦੇ ਉੱਤੇ ਕਿਤੇ ਨਾ ਕਿਤੇ ਕਿੰਤੂ ਪਰੰਤੂ ਕੀਤਾ ਗਿਆ, ਕਿਤੇ ਨਾ ਕਿਤੇ ਇੰਡੀਕੇਸ਼ਨਸ ਦਿੱਤੇ ਗਏ ਕਿ ਜਿਹੜੀਆਂ ਤੁਹਾਡੀਆਂ ਵੀ ਇਹ ਗੋਲੀ ਚਲਾਉਣ ਦੇ ਆਰਡਰ ਆਫਟਰ ਕਿਸ ਨੇ ਦਿੱਤੇ, ਇਹ ਕਿਉਂ ਹਾਲਾਤ ਪੈਦਾ ਹੋਏ ਨੇ? ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਜਸਟਿਸ ਜ਼ੋਰਾ ਸਿੰਘ ਦੀ ਜਿਹੜੀ ਰਿਪੋਰਟ ਹੈ ਉਹ ਛੋਟੀ ਰਿਪੋਰਟ ਨਹੀਂ ਹੈ, ਉਹ ਕਾਫ਼ੀ ਤਹਿ ਤੱਕ ਗਏ ਨੇ। ਉਹਨਾਂ ਨੇ ਕੋਟਕਪੂਰੇ ਦੀ ਵਾਸਤਵਿਕਤਾ ਨੂੰ ਕਾਫ਼ੀ ਹੱਦ ਤੱਕ ਸਾਹਮਣੇ ਲਿਆਂਦਾ, ਕਿਉਂਕਿ ਕਾਫ਼ੀ ਕੁਛ ਤਾਂ ਵੀਡੀਓ 'ਤੇ ਸੀ।
ਬਾਈਬਲ ਕਲਾਂ ਵਾਸਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਇਹਦੀ ਤਹਿ ਤੱਕ ਜਾਓ, ਇਸ 'ਚ ਵਾਸਤਵਿਕਤਾ ਸਾਹਮਣੇ ਲਿਆਓ। ਅਫਸੋਸ ਦੀ ਗੱਲ ਇਹ ਹੈ ਕਿ ਬਾਈਬਲ ਕਲਾਂ ਦੀ ਵਾਸਤਵਿਕਤਾ ਸਾਹਮਣੇ ਲਿਆਉਣ ਵਾਸਤੇ ਕੋਈ ਕਦਮ ਨਹੀਂ ਉਠਾਇਆ ਗਿਆ। ਸਿਰਫ ਉਸ ਇੰਸੀਡੈਂਟ ਨੂੰ ਆਪਣੇ ਵਾਸਤੇ ਕਿਵੇਂ ਇਸਤੇਮਾਲ ਜਾਂ ਦੁਰਉਪਯੋਗ ਉਹਦਾ ਕਿਵੇਂ ਕੀਤਾ ਜਾਵੇ, ਉਸ ਕਿਸਮ ਦੀ ਪ੍ਰਕਿਰਿਆ ਚੱਲ ਰਹੀਆਂ। ਜੋ ਜਸਟਿਸ ਹੈ, ਜਸਟਿਸ ਇਹ ਕਹਿੰਦਾ ਹੈ ਕਿ ਜੋ ਜਿਹਨਾਂ ਲੋਕਾਂ ਤੋਂ ਐਕਸਪੈਕਟੇਸ਼ਨ ਹੈ, ਜਿਨ੍ਹਾਂ ਨੇ ਜਸਟਿਸ ਡਿਲੀਵਰ ਕਰਨਾ, ਉਹ ਇਹ ਕਹਿੰਦਾ ਹੈ ਕਿ ਵਾਸਤਵਿਕਤਾ ਲੱਭੋ, ਵਾਸਤਵਿਕਤਾ ਲੱਭ ਕੇ ਉਹਨਾਂ ਫੈਮਿਲੀਜ਼ ਨੂੰ ਜਸਟਿਸ ਦਿਓ ਜਿਨ੍ਹਾਂ ਦੇ ਦੋ ਬੰਦੇ ਮਰੇ ਨੇ। ਉਸ ਪਾਸੇ ਤਾਂ ਕੋਈ ਗਿਆ ਨਹੀਂ। ਤਫਤੀਸ਼ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਨੇ ਡਿਸਾਈਡ ਕਰ ਲਿਆ ਏ ਜਾਂ ਬੀ ਜਾਂ ਸੀ, ਇਹਨੂੰ ਗ੍ਰਿਫਤਾਰ ਕਰੋ, ਮੁਲਜ਼ਮ ਆ, ਗੋਲੀ ਫਲਾਣੇ ਨੇ ਚਲਾਈ ਜਾਂ ਫਲਾਣੇ ਨੇ ਨਹੀਂ ਚਲਾਈ। ਇਸ ਕਿਸਮ ਦੇ ਝੂਠਾਂ ਦੇ ਉੱਤੇ ਇੱਕ ਪ੍ਰਕਿਰਿਆ ਨੂੰ ਚਲਾਉਣਾ, ਇਹ ਬਹੁਤ ਹੀ ਗਲਤ ਚੀਜ਼ ਹੈ, ਵਿਚ ਸ਼ੁੱਡ ਨੋਟ ਬੀ ਪਰਮਿਟਿਡ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਬਮਿਟ ਹੁੰਦੀ ਵਿਧਾਨ ਸਭਾ ਦੇ ਵਿੱਚ, ਲੰਬਾ ਚੌੜਾ ਉੱਥੇ ਰੌਲਾ ਪੈਂਦਾ, 8-9 ਘੰਟੇ ਉੱਥੇ ਚੰਗੀ ਬਹਿਸ ਹੁੰਦੀ ਆ ਅਤੇ ਹਰ ਇੱਕ ਨੇ ਆਪਣੇ ਆਪਣੇ ਉੱਥੇ ਪਕਸ਼ ਰੱਖੇ। ਇਹਦੇ ਇਸੇ ਦੌਰਾਨ ਇੱਕ ਤੁਹਾਡੇ ਨਾਲ ਸੰਬੰਧਿਤ ਜਿਹੜਾ ਤ੍ਰਿਪਤ ਰਜਿੰਦਰ ਬਾਜਵਾ ਹੋਣਾ ਨੇ ਪਕਸ਼ ਰੱਖਿਆ ਉੱਥੇ ਕਿ ਤੁਸੀਂ ਸਿੱਖ ਵਿਰੋਧੀ ਪਰਸਨੈਲਿਟੀ ਹੋ, ਅਤੇ ਇੱਦਾਂ ਦੇ ਉੱਥੇ ਡਿਸਕ੍ਰਾਈਬ ਕੀਤਾ ਗਿਆ ਕਿ ਤੁਹਾਨੂੰ ਇਸ ਮਾਮਲੇ ਸਾਰੇ ਘਟਨਾਕ੍ਰਮ ਲਈ ਤੁਸੀਂ ਜ਼ਿੰਮੇਵਾਰ ਹੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਜ਼ਿੰਮੇਵਾਰ ਹੈ, ਅਤੇ ਚੱਕੇ ਜਿਹੜਾ ਆ ਅੰਦਰ ਦੇਣ ਦੀ ਗੱਲ ਕੀਤੀ ਗਈ ਆ, ਵੀ ਅਸੀਂ ਜਿਹੜਾ ਆ ਸਮੇਰ ਸਿੰਘ ਸੈਣੀ ਹੁਣਾਂ ਨੂੰ ਜੇਲ੍ਹ 'ਚ ਡੱਕਾਂਗੇ, ਇਹਦੇ ਬਾਰੇ ਕਿਵੇਂ ਤੁਸੀਂ ਸੋਚਦੇ ਹੋ? ਜਦੋਂ ਇਹ ਰਿਪੋਰਟ ਟੇਬਲ ਹੋਈ ਹੈ ਉਦੋਂ ਇਹ ਵੀ ਨਹੀਂ ਫੈਸਲਾ ਹੋਇਆ ਸੀ ਕਿ ਇੱਕ ਕੋਈ SIT ਬਣੇ। ਜਦੋਂ ਰਿਪੋਰਟ ਟੇਬਲ ਹੋਈ ਹੈ ਉਹ ਇਸ ਫੈਸਲੇ ਨਾਲ ਹੋਈ ਸੀ ਕਿ ਇਹ ਮਸਲੇ CBI ਨੂੰ ਭੇਜੇ ਜਾਣਗੇ। ਹਲੇ ਤਫਤੀਸ਼ ਸ਼ੁਰੂ ਨਹੀਂ ਹੋਈ ਸੀ, ਹਲੇ ਇਹ ਨਹੀਂ ਪਤਾ ਸੀ ਕਿ ਤਫਤੀਸ਼ ਕਰਨੀ ਕਿਹਨੇ, CBI ਨੇ ਕਰਨੀ ਹੈ ਜਾਂ SIT ਨੇ ਕਰਨੀ ਹੈ। ਅਤੇ ਤ੍ਰਿਪਤ ਬਾਜਵਾ ਔਰ ਹੋਰ ਲੋਕ, ਉਹਨਾਂ ਨੇ ਆਪਣਾ ਕੰਕਲੂਜਨ ਪਹਿਲਾਂ ਦੇ ਦਿੱਤਾ। ਮੈਂ ਉਹਨਾਂ ਨਾਲ ਕਿਸੇ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ। ਆਪਣਾ ਕੰਕਲੂਜਨ ਉਹਨਾਂ ਨੇ ਪਹਿਲਾਂ ਦੇ ਦਿੱਤਾ ਕਿ ਜੇ ਉਸ ਸਮੇਂ ਦੇ ਮੁੱਖ ਮੰਤਰੀ ਜ਼ਿੰਮੇਵਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਉਸ ਸਮੇਂ ਦਾ DGP ਜ਼ਿੰਮੇਵਾਰ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਤਾਂ ਇਹ ਐਬਜ਼ਰਡ ਕਿੰਨਾ ਹੈ, ਔਰ ਕਿਸ ਕਿਸਮ ਦਾ ਇਹ ਦੁਰਉਪਯੋਗ ਇੱਕ ਅਨਫੋਰਚੁਨੇਟ ਇੰਸੀਡੈਂਟ ਦਾ ਕੀਤਾ ਜਾ ਰਿਹਾ, ਇਹ ਤੁਸੀਂ ਇਹਦੇ ਨਾਲ ਹੀ ਇਸ ਤੋਂ ਹੀ ਜਾਇਜ਼ਾ ਲਾ ਲਓ। ਉਸ ਰਿਪੋਰਟ ਤੋਂ ਬਾਅਦ ਐਕਸ਼ਨ ਟੇਕਨ ਰਿਪੋਰਟ ਜਿਹੜੀ ਸਾਹਮਣੇ ਆਈ ਹੈ, 4 ਜਿਹੜੇ ਆ ਪੁਲਿਸ ਆਫਿਸਰ ਜਿਹੜੇ ਆ ਨੋਮੀਨੇਟ ਕਰ ਦਿੱਤੇ ਗਏ ਨੇ। ਚਰਨਜੀਤ ਸ਼ਰਮਾ ਹੁਣਾਂ ਨੂੰ ਨੋਮੀਨੇਟ ਕਰ ਦਿੱਤਾ, ਬਿਕਰਮਜੀਤ ਸਿੰਘ ਹੁਣਾਂ ਨੂੰ ਨੋਮੀਨੇਟ ਕਰਤਾ, ਇੰਸਪੈਕਟਰ ਪ੍ਰਦੀਪ ਹੁਣਾਂ ਨੂੰ ਅਤੇ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਜਿਹੜੇ ਆ ਉਹ 4 ਨੋਮੀਨੇਟ ਕੀਤੇ ਗਏ। ਇਮੀਡੀਏਟਲੀ ਉਹਨਾਂ 'ਤੇ ਜਿਹੜਾ ਐਕਸ਼ਨ ਸ਼ੁਰੂ ਹੋ ਗਿਆ, SIT ਬਣ ਗਈ। SIT ਦੀ ਜਿਹੜੀ ਫੋਰਮੇਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਆਫਿਸਰ ਲਏ ਗਏ ਨੇ ਉਹਦੇ ਵਿੱਚ ਇਹ ਇੰਪ੍ਰੈਸ਼ਨ ਦਿੱਤਾ ਗਿਆ ਕਿ ਇਹ ਜਿਹੜੇ ਆਫਿਸਰਸ ਨੇ ਬੜੇ ਸਾਫ ਛਵੀ ਵਾਲੇ ਨੇ ਅਤੇ ਬਿਲਕੁਲ ਨਿਰਪੱਖ ਹੋ ਕੇ ਜਿਹੜੀ ਜਾਂਚ ਕਰ ਰਹੇ। ਕੀ ਤੁਹਾਨੂੰ ਲੱਗ ਰਿਹਾ ਕਿ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ, ਚਰਨਜੀਤ ਸ਼ਰਮਾ ਹੁਣਾਂ ਦੀ ਗ੍ਰਿਫਤਾਰੀ ਹੋਈ, ਉਸ ਤੋਂ ਬਾਅਦ ਪਰਮਰਾਜ ਉਮਰਾ ਨੰਗਲ ਹੁਣਾਂ ਦੀ ਗ੍ਰਿਫਤਾਰੀ ਹੋਈ ਆ, ਇਹ ਠੀਕ ਨੇ? ਮੈਂ ਤਾਂ ਆਲਰੇਡੀ ਕਹਿਤਾ ਔਰ ਮੈਂ ਦੱਸਤਾ ਕਿ ਇਹ ਪੋਲੀਟੀਕਲ ਅਰੈਸਟ। ਕਿਵੇਂ? ਹਲੇ ਤਫਤੀਸ਼ ਸ਼ੁਰੂ ਨਹੀਂ ਹੋਈ ਸੀ, ਹਲੇ ਇਹ ਵੀ ਨਹੀਂ ਪਤਾ ਸੀ ਕਿ CBI ਨੇ ਕਰਨੀ ਹੈ ਕਿ SIT ਨੇ ਕਰਨੀ ਹੈ। ਔਰ ਸਰਦਾਰ ਪਰਮਰਾਜ ਸਿੰਘ ਉਮਰਾ ਨੰਗਲ ਦੀ ਗ੍ਰਿਫਤਾਰੀ ਦੀ ਡਿਮਾਂਡ ਹੀ ਨਹੀਂ, ਜਿਹੜੇ ਰਿਸਪੋਂਸੀਬਲ ਲੋਕ ਨੇ ਗਵਰਨਮੈਂਟ 'ਚ, ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ। ਉਹਨਾਂ ਨੇ ਇਹ ਡਿਸੀਜਨ ਲਿੱਤਾ ਔਰ ਐਲਾਨੀਆ ਡਿਸੀਜਨ। ਇਹਦੇ ਪਿੱਛੇ ਮਨਸ਼ਾ ਕੀ ਆ ਉਹਨਾਂ ਦੀ, ਵੀ ਉਹ ਕਿਉਂ ਟਾਰਗੇਟ ਬਣਾ ਰਹੇ ਨੇ ਉਮਰਾ ਨੰਗਲ ਹੁਣਾਂ ਨੂੰ, ਤੁਹਾਨੂੰ ਕਿਉਂ ਟਾਰਗੇਟ ਬਣਾ ਰਹੇ ਨੇ? ਇਹ ਤੁਸੀਂ ਇਸ ਸਵਾਲ ਦਾ ਜਵਾਬ ਤਾਂ ਉਹੀ ਦੇ ਸਕਦੇ ਹੈ, ਜੋ ਚੀਜ਼ ਵੀਡੀਓ 'ਚ ਆਈ ਹੈ ਉਸ ਚੀਜ਼ ਤੋਂ ਉਲਟ ਇੱਕ ਝੂਠ ਬੋਲ ਕੇ ਇੱਕ ਝੂਠੀ ਕਹਾਣੀ ਬਣਾਈ ਗਈ। ਜੇ ਪਰਮਰਾਜ ਨੂੰ ਉੱਥੇ ਭੇਜਿਆ ਗਿਆ ਕਿ ਪ੍ਰੋਟੈਸਟਰਸ 'ਤੇ ਗੋਲੀਆਂ ਚਲਾਓ, ਕੁਛ ਸ਼ਰਮ ਕਰ ਲਓ, ਰਾਤ ਨੂੰ ਚੀਫ ਮਿਨਿਸਟਰ ਔਰ DGP ਗੱਲ ਕਿਉਂ ਕਰ ਰਹੇ ਨੇ? ਇੱਕ ਸਟੇਟ 'ਚ ਲਾਅ ਐਂਡ ਆਰਡਰ ਪ੍ਰੋਬਲਮ ਹੈ, ਸਟੇਟ ਕੰਸਰਨ ਹੈ, ਇਹ ਜੁਰਮ ਹੈ ਜੇ ਚੀਫ ਮਿਨਿਸਟਰ ਔਰ DGP ਰਾਤ ਨੂੰ ਗੱਲ ਕਰ ਲੈਣ ਟੈਲੀਫੋਨ 'ਤੇ ਕਿ ਇਸ ਨੂੰ ਕਿਵੇਂ ਡੀਲ ਕੀਤਾ ਜਾਵੇ, ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। DGP ਨੇ ਫੋਨ ਕਾਲ ਕਿਉਂ ਕੀਤੇ? ਮੈਂ ਸਿਰਫ ਮੁੱਖ ਮੰਤਰੀ ਜੀ ਨਾਲ ਜਾਂ ਪਰਮਰਾਜ ਨਾਲ ਗੱਲ ਨਹੀਂ ਕੀਤੀ, ਮੈਂ ਰੋਹਿਤ ਚੌਧਰੀ ਨਾਲ ਵੀ ਕੀਤੀ, ਜਿਹੜੇ ADGP ਸੀਗੇ, ਮੈਂ ਉੱਥੇ ਜ਼ੋਨਲ IG ਨਾਲ ਵੀ ਕੀਤੀ, ਹੋਰ ਅਫਸਰਾਂ ਨਾਲ ਵੀ ਕੀਤੀ।
कि मैं अपना टेलीफोन बंद कर देंदा और जो वास्तविकता वीडियो च है किवें कलैश होया 40 पुलिस वाले पट्टड़ हुए है उसनू एक ओदे उत्ते एक कहानी बनाती जावे कि पीसफुल प्रोटेस्टर्स ते फायरिंग है जो वीडियो च नज़र आ रहा कि इहो जी कोई गल नहीं है कहानी दे पिछे कौन आ वो जिहड़े कहानी बना रहे ने जिहड़े बना रहे ने तुसीं जाके पुछो उन्हां दे रोज़ दा बयान आ रहे ने ये बहुत अफसोस की गल है एंड और ये चीज़ इन्हां लोकां तों हु आर एक्सपैक्टेड टू बी टू एक्ट रिस्पोंसिबली इन्हां तों इन्हां नूं इहो जिहियां चीज़ां नहीं करनियां चाहीदियां दूसरे पासे रेफरेंडम 2020 अगले साल सेपरेटिस्ट कॉल ओदी होर्डिंग्स पंजाब च लगियां हुई मोहाली तो लैके तरन तारण तक होर्डिंग्स लगियां हुई उन्होंने उत्ते कोई एक्शन नहीं लिता जा रहा सेपरेटिस्ट एलीमेंट्स नूं एम्बोल्डन किया जा रहा एक नैशनलिस्ट पुलिस अफसर नूं गिरफ्तार करके परमराज सिंह उमरा नंगल साहब उन्होंने बिल्कुल बिल्कुल ही गलत रोंग अनफेयरली गिरफ्तार किया गया कॉन्ट्रेरी टू फैक्ट और जेड़े लोग सेपरेटिज्म दे दा प्रचार कर रहे ने खालिस्तान दा प्रचार कर रहे ने उन्होंने एम्बोल्डन किया गया होर्डिंग्स ते कोई एक्शन नहीं है कौन खालिस्तान दा कौन प्रचार कर रहे है कौन लोग ने क्योंकि असी थोड़े कोलों ये सुनना चाहते ने तुहानू भी पता मैनू भी पता जी जो जो खालिस्तान रेफरेंडम दी कॉल है ये अवतार सिंह पन्नू सिक्स फॉर जस्टिस जेडे जिहड़ी अमरीका च है ऑर्गनाइजेशन उन्हें दिती है ओदियां होर्डिंग्स लगियां हुई हैं वो ऐलानियां दिती है उन्हें कोई लुक छुप के तो दिती नहीं ओदा ब्रदर कौन है किहदे नाल घूम रहा किथे उठदा किथे बैठदा ये तुहानू पता इहो जे एलीमेंट्स नूं एम्बोल्डन किया जाए रेडिकल एलीमेंट्स नूं एम्बोल्डन किया जाए और उन्हां दे खिलाफ कोई कार्रवाई ना लीती जाए ये बहुत ही चिंता का विषय कैप्टन अमरिंदर सिंह होना ने विधानसभा दे विच भी किया भी होर बहुत सारिया जिहड़ियां बिग फिश जिहड़ियां इहदे विच आउणगियां वड्डियां तिकर इह सीधे तौर पर तुहाडे वल्लों इशारा हुंदा भी असीं सैनी साहब नूं भी इस मामले च गिरफ्तार करांगे की तुहानूं लगदा कि तुहानूं इह गिरफ्तार कर पाउणगे उहनां दी अपनी सोच है अपनी इच्छा है लेकिन हर एक चीज़ किसी की इच्छा के अनुसार नहीं हुंदा कोई कानून कायदा इस देश च है हले थोड़ा जिहा इस दे विच बादल परिवार की जिहड़ी भूमिका रही आ भी जिवें एलीगेशन लगता रहा भी भी बेअदबियां दे पिछे इन्हां दा हत्थ आ जां उहदे बारे असीं तुहाडे तों जानना चाहुंदे आ कुछ शर्म कर लो मैं जिन्हां ने एलीगेशन लाई है मैं तां कहूंगा कुछ शर्म कर लो हुण बादल साहब जाके सैक्रेटरीज करवाणगे किस किस्म दी मनोहर कहानियां बनाईयां जा रही किस किस्म दे झूठ बोले जा रहे ने पहला एक कहानी मना लो एक झूठ बोल लो फिर अपना स्टेट मशीनरी का दुरुपयोग करके उन्हों सच दिखाने की कोशिश करो इस किस्म की करतूता ज्यादा अच्छिया नहीं सैनी साहब जिमें दो पुलिस ऑफिसर अरैसट हो चुके ने चरणजीत शर्मा अरैसट हो चुके ने परमराज उमरा नंगल हुणी अरैसट हो चुके ने की तुहानूं लगता कि यह गिरफ्तारियां जायज़ ने और इहदा पुलिस के मनोबल के उत्ते असर नहीं पवेगा पंजाब पहले ही रेफरेंडम की मार झलने वाला आ उस तो पहले अजनाले दे विच घटना जिहड़ी वापरी आ खुद अमरिंदर सिंह यह गल कह चुके ने कि ISI पंजाब दे विच पूरी तरह सरगर्मा J&K दे विच पुलवामा दे विच घटना जिहड़ी वड्डी घटी आ सो इहदे नाल जो कुछ होया इह तुहानूं लगता कि फोर्स के मनोबल के उत्ते कोई इस चीज़ का असर पवेगा जो बैबल कलां इंसीडेंट होया दो लोकां दी जान गई है मेरी निजी हमदर्दी पूरी हमदर्दी उन्हां दे परिवारां नाल है और बहुत अफसोस दी गल कि 3 साल हो गए है लेकिन कोई भी सिंसियर एफर्ट कि उन्हां नूं जस्टिस दित्ता जावे मैनूं नज़र नहीं आ रहा उस एक अनफॉर्चुनेट इंसीडेंट नूं तोड़ मरोड़ के अपने उल्लू किद्दां सीधे कीते जाण इस किस्म की प्रक्रिया चल रही है जो बहुत ही गलत है निंदनयोग है हुण भी जे कोई वास्तविकता बैबल कलां दी सिंसियरली कढ लवे अच्छी गल चरणजीत शर्मा की गिरफ्तारी ते मैं टिप्पणी नहीं कर सकता क्योंकि मैनूं खुद नहीं पता कि बैबल कलां च वास्तविकता की है लेकिन जिहड़ी जो कोटकपूरा होया वो वास्तविकता सामने तकरीबन है सरदार परमराज सिंह उमरा नंगल की गिरफ्तारी बिल्कुल नजायज़ है बिल्कुल गलत है अनुचित
ਉਹ ਨਹੀਂ ਕੀਤੀ ਜਾਣੀ ਚਾਹੀਦੀ ਸੀ। ਪੁਲਿਸ ਦੇ 40 ਪੁਲਿਸ ਪਰਸੋਨਲ ਇੰਜਰਡ ਹੋਏ ਨੇ, ਤੁਸੀਂ ਵੀਡੀਓ ਦੇਖੇ ਨੇ, ਉਹਨਾਂ ਨੂੰ ਗ੍ਰੇਵ ਇੰਜਰੀਜ਼ ਆਈਆਂ, ਲਾਈਫ ਥਰੈਟਨਿੰਗ ਇੰਜਰੀਜ਼ ਆਈਆਂ। ਉਸ ਦਿਸ਼ਾ 'ਚ ਬਿਲਕੁਲ ਕੋਈ ਤਫਤੀਸ਼ ਨਹੀਂ ਕੀਤੀ ਗਈ ਹੈ, ਹੁਣ ਤੱਕ 3 ਸਾਲ ਹੋ ਗਏ ਨੇ, ਉਹਨਾਂ ਦਾ ਕਿਤੇ ਨਾਂ ਨਹੀਂ ਲਿੱਤਾ ਜਾ ਰਿਹਾ। ਅਤੇ ਪੁਲਿਸ ਦੇ ਮਨੋਬਲ 'ਤੇ ਅਸਰ ਕਿਉਂ ਨਹੀਂ ਪਏਗਾ? ਦੂਸਰੀ ਸਾਈਡ ਜੋ ਲੋਕ ਸੈਪਰੇਟਿਸਟ ਨੇ, ਖਾਲਿਸਤਾਨ ਦੀਆਂ ਹੋਰਡਿੰਗਾਂ ਲਾ ਰਹੇ ਨੇ, ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਹਨਾਂ ਨੂੰ ਇੰਬੋਲਡਨ ਕੀਤਾ ਜਾ ਰਿਹਾ, ਇਹ ਚਿੰਤਾ ਦਾ ਵਿਸ਼ੇ ਹੈ। ਇਸ ਪਿੱਛੇ ਮਨਸ਼ਾ ਕੀ ਹੈ, ਪੋਲੀਟੀਕਲ ਮਨਸ਼ਾ ਕੀ ਹੈ, ਕੀ ਤਸਵੀਰ ਕੀ ਹੈ? ਮੈਂ ਅੱਜ ਇੱਕ ਸਟੇਟ ਦਾ ਨਾਗਰਿਕ ਹਾਂ, ਮੈਂ ਇਸ ਦੇ ਉੱਤੇ ਚਿੰਤਿਤ ਹਾਂ ਕਿ ਜਿਨ੍ਹਾਂ ਦੇ ਹੱਥ 'ਚ ਇਹ ਸਟੇਟ ਦੀ ਸੁਰੱਖਿਆ ਦੇ ਸੌਂਪੀ ਗਈ ਹੈ, ਉਹ ਇਸ ਪਾਸੇ ਧਿਆਨ ਕਿਉਂ ਨਹੀਂ ਦੇ ਰਹੇ? ਇਟ ਇਜ਼ ਦੇਅਰ ਡਿਊਟੀ ਟੂ ਡੂ ਦੈਟ, ਦੇ ਆਰ ਨੋਟ ਡੂਇੰਗ ਇਟ। ਸੈਣੀ ਸਾਹਿਬ, ਜਿਵੇਂ ਕਿ ਕੜੀ ਦਰ ਕੜੀ ਚੱਲ ਰਿਹਾ, ਪਹਿਲਾਂ ਚਰਨਜੀਤ ਸ਼ਰਮਾ ਹੁਣਾਂ ਨੂੰ ਅਰੈਸਟ ਕੀਤਾ, ਫਿਰ ਪਰਮਰਾਜ ਉਮਰਾ ਨੰਗਲ ਹੁਣਾਂ ਨੂੰ ਅਰੈਸਟ ਕੀਤਾ, ਫਿਰ ਇਹ ਗੱਲ ਕਹੀ ਜਾ ਰਹੀ ਹੈ ਕਿ ਸਮੇਤ ਸਿੰਘ ਸੈਣੀ ਹੁਣਾਂ ਨੂੰ ਅਰੈਸਟ ਕਰਾਂਗੇ, ਦੈਨ ਉਸ ਤੋਂ ਬਾਅਦ ਅਗਲੀ ਕੜੀ ਬਾਦਲ ਪਰਿਵਾਰ ਆ। ਕੀ ਤੁਹਾਨੂੰ ਲੱਗਦਾ ਕਿ ਸੋਚੀ ਸਮਝੀ ਇਹ ਇੱਕ ਰਣਨੀਤੀ ਦੇ ਤਹਿਤ ਇਹ ਸਾਰਾ ਕੁਛ ਕੀਤਾ ਜਾ ਰਿਹਾ, ਜਿਵੇਂ SGPC ਦੇ ਇਲੈਕਸ਼ਨ ਦੀ ਗੱਲ ਕੀਤੀ ਜਾ ਰਹੀ ਆ, ਇੱਕ ਇਹਦੇ ਪਿੱਛੇ ਸਾਰੀ ਮਨਸ਼ਾ ਕੀ ਆ? ਤੁਸੀਂ ਇਸ ਤਰੀਕੇ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਸੋਚਦੇ ਹੋ ਤੁਸੀਂ? ਪੰਜਾਬ ਇੱਕ ਬੜੀ ਸੈਂਸਿਟਿਵ ਬਾਰਡਰ ਸਟੇਟ ਹੈ। ਪੰਜਾਬ 'ਚ ਪਹਿਲਾਂ ਵੀ ਲੇਟ 1970s 'ਚ, ਅਰਲੀ 1980s 'ਚ ਛੋਟੇ ਛੋਟੇ ਖੇਡ, ਛੋਟੀ ਛੋਟੀ ਗੇਮ, ਛੋਟੇ ਛੋਟੇ ਪੋਲੀਟੀਕਲ ਗੇਮ, ਛੋਟੇ ਛੋਟੇ ਝੂਠ, ਇਸ ਕਿਸਮ ਦੀਆਂ ਚੀਜ਼ਾਂ ਹੋਈਆਂ ਸੀ ਜੋ ਦੇਖਦੇ ਦੇਖਦੇ ਆਊਟ ਆਫ ਕੰਟਰੋਲ ਹੋ ਗਏ ਸੀ। ਪੰਜਾਬ 'ਚ ਬਲੱਡਸ਼ੈਡ ਹੋ ਗਿਆ ਸੀ। ਬੈਬਲ ਕਲਾ 2015 'ਚ ਹੋਇਆ ਸੀ, ਹਾਈਲੀ ਅਨਫੋਰਚੁਨੇਟ ਇੰਸੀਡੈਂਟ, ਵਾਸਤਵਿਕਤਾ ਤੱਕ ਜਾਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ, ਪਰ ਉਹਦਾ ਦੁਰਉਪਯੋਗ ਕਰਕੇ ਐਂਟੀ ਨੈਸ਼ਨਲ ਰੈਡੀਕਲ ਸੈਪਰੇਟਿਸਟ ਐਲੀਮੈਂਟ ਨੂੰ ਐਮਬੋਲਡਨ ਕਰਨਾ, ਉਹਨਾਂ ਦੀ ਹੋਰਡਿੰਗਸ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲੈਣਾ, ਉਸ ਉੱਥੇ ਹੀ ਕੋਟਕਪੂਰਾ ਬੈਬਲ ਕਲਾ 40 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਫੱਟੜ ਹੋਏ ਸੀ, ਉਸ ਦਿਸ਼ਾ 'ਚ ਕੋਈ ਕਾਰਵਾਈ ਨਹੀਂ ਕਰਨੀ। ਇਹ ਬਹੁਤ ਗਲਤ ਚੀਜ਼ ਹੈ, ਇਹਦੇ ਪਰਿਣਾਮ ਅੱਛੇ ਨਹੀਂ। ਹੁਣ ਵੀ ਸਮੇਂ ਹੈ ਥੋੜ੍ਹਾ ਇਹ ਰੁਕ ਜਾਣ, ਥੋੜ੍ਹਾ ਸੋਚ ਲੈਣ ਕਿ ਕਿਸ ਦਿਸ਼ਾ 'ਚ, ਇੱਥੇ 100 ਸੁਮੇਧ ਸਿੰਘ ਸੈਣੀ ਆਏ, 100 ਚਲੇ ਵੀ ਜਾਣਗੇ, ਕੋਈ ਫਰਕ ਨਹੀਂ ਪੈਂਦਾ, ਲੇਕਿਨ ਇਹ ਸਟੇਟ ਪਹਿਲਾਂ ਵੀ ਸੀ, ਅੱਗੇ ਵੀ ਰਹੇਗੀ, ਸਟੇਟ ਨੂੰ ਫਰਕ ਪੈਂਦਾ। ਇਸ ਕਿਸਮ ਦੀਆਂ ਹਰਕਤਾਂ ਚਿੰਤਾ ਦਾ ਵਿਸ਼ੇ ਹੈ, ਇਹ ਨਹੀਂ ਹੋਣੀਆਂ ਚਾਹੀਦੀਆਂ। ਕੀ ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿਹੜੀ ਆ ਸਮੇਧ ਸਿੰਘ ਸੈਣੀ ਹੁਣਾਂ ਨੂੰ ਅਰੈਸਟ ਕਰ ਪਾਏਗੀ, ਜਿਵੇਂ ਉਹ ਉਹਨਾਂ ਨੇ ਕੱਲ੍ਹ ਵਿਧਾਨ ਸਭਾ ਦੇ ਵਿੱਚ ਵੀ ਇੱਦਾਂ ਇਸ਼ਾਰੇ ਇਸ਼ਾਰਿਆਂ ਦੇ ਵਿੱਚ ਗੱਲ ਕੀਤੀ ਉਹਨਾਂ ਨੇ? ਬੜਾ ਕਿਹਾ ਜਾਂਦਾ ਕਿ ਦਬੰਗ ਤੁਹਾਡੀ ਪਰਸਨੈਲਿਟੀ ਰਹੀ ਆ, ਕਿ ਇਹ ਵੀ ਚਰਚਾ ਦੇ ਵਿੱਚ ਰਹੀ ਆ ਕਿ ਸੈਣੀ ਹੁਣਾਂ ਨੂੰ ਹੱਥ ਪਾਉਣਾ ਜਿਹੜਾ ਆ ਸੌਖਾ ਨਹੀਂ ਆ। ਇਹ ਸਵਾਲ ਤੁਸੀਂ ਕੈਪਟਨ ਸਾਹਿਬ ਨੂੰ ਪੁੱਛ ਲਓ। ਨਹੀਂ, ਜਿਵੇਂ ਕਿ ਤੁਸੀਂ ਸਿਟੀ ਜਿਹੜਾ ਲੁਧਿਆਣੇ ਦਾ ਸਿਟੀ ਸਕੈਮ ਜਿਹੜਾ ਆ, ਅਲੱਗ ਇਸ਼ੂ ਹੈ, ਉਹ ਅਲੱਗ ਇਸ਼ੂ ਹੈ, ਇਹਦੇ ਨਾਲ ਨਹੀਂ ਆਉਂਦਾ ਕੋਈ ਤਾਂ, ਉਹ ਬਿਲਕੁਲ ਅਲੱਗ, ਉਸ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਦਾ, ਉਹ ਇਸ਼ੂ ਅਲੱਗ ਹੈ, ਜੇ ਉਹਦੇ ਉੱਤੇ ਗੱਲ ਕਰਨੀ ਆ ਕਰ ਲਓ। ਕਿਉਂ ਨੌਬਤ ਪਈ ਤੁਹਾਨੂੰ ਉਹ ਸਿਟੀ ਸਕੈਮ ਦੇ ਵਿੱਚ ਵਿੱਚ ਜਾਣ ਦੀ? ਉੱਥੇ ਕਿਉਂ ਐਪਲੀਕੇਸ਼ਨ ਤੁਸੀਂ ਜਿਹੜੀ? ਨੌਬਤ ਕੋਈ ਨਹੀਂ ਪਈ, ਸਿਟੀ ਸੈਂਟਰ ਕੇਸ 'ਚ ਸਟੇਟ ਐਕਸਚੈਕਰ ਨੂੰ ਤਕਰੀਬਨ 1500 ਕਰੋੜ ਦਾ ਨੁਕਸਾਨ ਹੋਇਆ ਸੀ, ਬਹੁਤ ਓਫੈਂਸਿਸ ਹੋਏ ਸੀ, ਸਟੇਟ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਉਸ ਕੇਸ ਨੂੰ ਕੈਂਸਲ ਕਰਕੇ ਕੈਂਸਲੇਸ਼ਨ ਰਿਪੋਰਟ ਕੋਰਟ 'ਚ ਪਾਤੀ, ਜੋ ਗਲਤ ਹੈ। ਮੈਂ ਉੱਥੇ ਅਰਜੀ ਇਹ ਪਾਈ ਹੈ ਕਿ ਇਹ ਕੈਂਸਲੇਸ਼ਨ ਗਲਤ ਹੈ। ਤੁਸੀਂ ਹਾਈਕੋਰਟ ਵੀ ਬਲੈਂਕਟ ਬੇਲ ਵਾਸਤੇ ਤੁਸੀਂ ਆਪਣੀ ਐਪਲੀਕੇਸ਼ਨ ਦਾਇਰ ਕੀਤੀ ਸੀ, ਉਹ ਕਿਉਂ ਦਾਇਰ ਕੀਤੀ ਸੀ? ਉਹਦੀ ਵਜ੍ਹਾ ਉਸ ਐਪਲੀਕੇਸ਼ਨ 'ਚ ਲਿਖੀ ਹੋਈ ਹੈ, ਉਹਦੀ ਵਜ੍ਹਾ ਤੁਸੀਂ ਇਹਨਾਂ ਦੇ ਬਿਆਨਾਂ 'ਚ ਵੀ ਸੁਣ ਲਈ ਹੈ, ਮੇਰੇ ਤੋਂ ਕਾਹਨੂੰ ਸੁਣਨਾ ਚਾਹੁੰਦੇ ਹੋ? ਸੈਣੀ ਸਾਹਿਬ, ਤੁਸੀਂ DGP ਸੀਗੇ ਪੰਜਾਬ ਦੇ ਉਸ ਸਮੇਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਖੁਦ ਕਹਿ ਚੁੱਕੇ ਨੇ ਕਿ ਇਹਦੇ ਪਿੱਛੇ ISI ਦਾ ਹੱਥ ਹੈ,
ਕੀ ਤੁਹਾਨੂੰ ਲੱਗ ਰਿਹਾ ਕਿ ਕਿਤੇ ਇਹ ਵਿੱਚ ਇਹ ਵੀ ਗੱਲ ਕਹੀ ਜਾ ਰਹੀ ਸੀ ਵੀ ਡੇਰਾ ਪ੍ਰੇਮੀਆਂ ਦਾ ਇਹਦੇ ਵਿੱਚ ਇਨਵੋਲਵਮੈਂਟ ਆ, ਕੁਛ ਗ੍ਰਿਫਤਾਰੀਆਂ ਵੀ ਹੋਈਆਂ, ਤੁਸੀਂ ਇਸ ਨੂੰ ਓਵਰਵਿਊ ਕਿਵੇਂ ਦੇਖਦੇ ਹੋ ਕਿ ਇਹਨਾਂ ਜਿਹੜੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਪਿੱਛੇ ਕੀ ਵਾਕਈ ਇਹ ISI ਦਾ ਹੱਥ ਹੈ? ਉਸ ਤੋਂ ਬਾਅਦ ਇਸੇ ਮਾਹੌਲ ਦੇ ਵਿੱਚ ਬਰਗਾੜੀ ਮੋਰਚਾ ਲੱਗਾ ਹੋਇਆ ਸੀ, ਇਨ ਬਿਟਵੀਨ ਅਜਨਾਲੇ ਵਿੱਚ ਜਿਹੜਾ ਬਲਾਸਟ ਹੋ ਜਾਂਦਾ, ਇਹ ਵੀ ਗੱਲ ਸਾਹਮਣੇ ਆਈ ਸੀਗੀ ਕਿ ਉਹਨਾਂ ਦੇ ਲਿੰਕ ਜਿਹੜੇ ਆ ਬਰਗਾੜੀ ਮੋਰਚੇ ਨਾਲ ਅਸਟੈਬਲਿਸ਼ ਹੋ ਰਹੇ ਨੇ, ਇਹ ਸਾਰੇ ਨੂੰ ਤੁਸੀਂ ਓਵਰਵਿਊ ਕਿੱਦਾਂ ਦੇਖਦੇ ਹੋ? ਤੁਸੀਂ ਉਦੋਂ ਜਿਹੜੇ ਬੇਅਦਬੀ ਦੇ ਕੇਸ ਟਰੇਸ ਹੋਏ ਸੀ ਅਕਤੂਬਰ 2015 'ਚ ਤਰਨ ਤਾਰਨ, ਲੁਧਿਆਣਾ, ਸੰਗਰੂਰ, ਉੱਥੇ ਉਹ ਲੋਕਲ ਮੁਜਰਮ ਸੀ, ਉੱਥੇ ਕੋਈ ਬਾਹਰਲਾ ਹੱਥ ਨਹੀਂ ਸੀ ਜਿੰਨੇ ਉਦੋਂ ਟਰੇਸ ਹੋਏ ਸੀ, ਜਿਨ੍ਹਾਂ ਦੀ ਜਾਣਕਾਰੀ ਮੈਨੂੰ। ਲੇਕਿਨ ਜਿਹੜਾ ਆਹ ਟੈਰਰਿਸਟ ਵਾਇਲੈਂਸ ਦੇ ਇੰਸੀਡੈਂਟਸ ਹੋਏ ਹੈ ਅਜਨਾਲੇ, ਉਸ ਤੋਂ ਪਹਿਲਾਂ ਇੱਕ ਸੰਗਿਆ ਚੱਲੀ, ਬ੍ਰਿਗੇਡੀਅਰ ਗਗਨੇਜਾ ਸਾਹਿਬ ਨੂੰ ਮਾਰਿਆ ਗਿਆ, ਅੰਮ੍ਰਿਤ ਸ਼ਰਮਾ ਸੀਗੇ ਲੁਧਿਆਣੇ ਮਾਰੇ ਗਏ, ਇਸ ਕਿਸਮ ਦੇ ਕਾਫੀ ਸੀਰੀਜ਼ 'ਚ ਕਿਲਿੰਗਸ ਹੋਈਆਂ। ਇਹ ਚਿੰਤਾ ਦਾ ਵਿਸ਼ੇ ਹੈ, ਟੈਰਰਿਸਟ ਕਿਲਿੰਗਸ, ਸੈਪਰੇਟਿਸਟ ਪ੍ਰੋਪੋਗੰਡਾ, ਰੈਡੀਕਲ ਐਲੀਮੈਂਟਸ, ਇਹ ਜਦੋਂ ਇਹ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਫਿਰ ਫਿਊਚਰ ਜ਼ਿਆਦਾ ਅੱਛਾ ਨਹੀਂ ਹੁੰਦਾ। ਇਸੇ ਖਾਤਰ ਮੈਂ ਬਾਰ ਬਾਰ ਕਹਿ ਰਿਹਾ ਕਿ ਕਿਸੇ ਅਨਫੋਰਚੁਨੇਟ ਇੰਸੀਡੈਂਟ ਨੂੰ ਤੋੜ ਮਰੋੜ ਕੇ ਉਹਦੇ ਉੱਤੇ ਇੱਕ ਝੂਠੀ ਕਹਾਣੀ ਬਣਾ ਕੇ ਉਹਦੇ ਨਾਲ ਆਪਣੇ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕਰਨਾ, ਇਹ ਗਲਤ ਚੀਜ਼ ਹੈ, ਇਹ ਨਹੀਂ ਹੋਣੀ ਚਾਹੀਦੀ। ਇਹ ਸਟੇਟ ਇੰਟਰਸਟ 'ਚ ਨਹੀਂ ਹੈ, ਇਹ ਪਬਲਿਕ ਇੰਟਰਸਟ 'ਚ ਨਹੀਂ। ਸੈਣੀ ਸਾਹਿਬ, ਇੱਕ ਤਰਫ ਬਹਿਬਲ ਕਲਾਂ ਦੀ ਘਟਨਾ ਕੋਟਕਪੂਰੇ ਦੇ ਵਿੱਚ ਪੁਲਿਸ ਨੇ ਜਿਹੜਾ ਆ ਫੋਰਸਫੁਲੀ ਜਿਹੜਾ ਐਲੀਗੇਸ਼ਨ ਲੱਗ ਰਹੇ ਨੇ ਕਿ ਉਹਨਾਂ ਨੇ ਜਿਹੜਾ ਉੱਥੇ ਫੋਰਸ ਇਸਤੇਮਾਲ ਕੀਤੀ, ਦੂਸਰੇ ਪਾਸੇ ਪੰਚਕੂਲੇ ਦੀ ਘਟਨਾ ਜਿਹਦੇ ਵਿੱਚ ਡੇਰਾ ਪ੍ਰੇਮੀਆਂ ਦੇ ਉੱਤੇ ਗੋਲੀਆਂ ਚੱਲਦੀਆਂ ਨੇ, ਅਤੇ ਉਹਦੇ ਵਿੱਚ ਹਾਈ ਕੋਰਟ ਨੇ ਸਾਫ਼ ਕਿਹਾ ਕਿ ਧਾਰਾ 144 ਦੀ ਜਿਹੜੀ ਆ ਇੰਪਲੀਮੇਸ਼ਨ ਜਿਹੜੀ ਕਰੋ। ਕੀ ਤੁਹਾਨੂੰ ਨਹੀਂ ਉੱਥੇ ਲੱਗਦਾ ਕਿ ਪੁਲਿਸ ਨੇ ਉੱਥੇ ਧਾਰਾ 144 ਦੀ ਇੰਪਲੀਮੇਸ਼ਨ ਕੀਤੀ ਆ ਉੱਥੇ? ਦੇਖੋ, ਹਰ ਜਗ੍ਹਾ ਜੋ ਸਿਚੁਏਸ਼ਨ ਹੁੰਦੀ ਹੈ ਅਲੱਗ ਅਲੱਗ ਕਿਸਮ ਦੀ ਹੈ। ਪੰਚਕੂਲੇ ਅਲੱਗ ਕਿਸਮ ਦੀ ਸਿਚੁਏਸ਼ਨ ਸੀ, ਕੋਟਕਪੂਰੇ ਅਲੱਗ ਕਿਸਮ ਦੀ ਸੀ, ਬਹਿਬਲ ਕਲਾਂ ਅਲੱਗ ਕਿਸਮ ਦੀ ਸੀ। ਸੋ ਹਰ ਇੱਕ ਸਿਚੁਏਸ਼ਨ 'ਤੇ ਪੁਲਿਸ ਕਿਵੇਂ ਐਕਟ ਕਰਦੀ ਹੈ ਉਹ ਸਿਚੁਏਸ਼ਨ 'ਤੇ ਡਿਪੈਂਡ ਕਰਦਾ। ਤੁਹਾਨੂੰ ਲੱਗਦਾ ਕਿ ਉੱਥੇ ਦੀ ਪੁਲਿਸ ਕਾਰਵਾਈ ਜਾਇਜ਼ ਸੀਗੀ ਸਾਰੀ? ਜੋ ਕੋਟਕਪੂਰਾ ਦੀ ਯੂਜ਼ ਆਫ ਫੋਰਸ ਹੈ ਉਹ ਵੀਡੀਓ ਦੇ ਉੱਤੇ ਅਵੇਲੇਬਲ ਹੈ, ਤੁਸੀਂ ਵੀ ਦੇਖੀ ਹੈ। ਜੋ ਬਹਿਬਲ ਕਲਾਂ ਜੋ ਹੋਇਆ, ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ, ਉਹਦੀ ਵਾਸਤਵਿਕਤਾ ਅੱਜ ਤੱਕ ਨਹੀਂ ਪਤਾ ਕਿਸੇ ਨੂੰ, ਕਿਉਂਕਿ ਇੱਕ ਤੁਸੀਂ ਪੁਲਿਸ ਆਫਿਸਰ ਰਹੇ ਹਾਂ, ਇਨਫੋਰਮੇਸ਼ਨ ਰਹਿੰਦੀ ਹੈ, ਚਾਹੇ ਤੁਸੀਂ DGP ਪਦ ਤੋਂ ਜਿਹੜਾ ਤੁਹਾਨੂੰ ਉਤਾਰ ਦਿੱਤਾ ਗਿਆ ਸੀਗਾ, ਇੱਕ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਕੋਲ ਰਹਿੰਦੀ ਆ, ਉਹ ਕੀ ਇਨਫੋਰਮੇਸ਼ਨ ਤੁਹਾਡੇ ਕੋਲ ਆਈ ਕਿ ਉੱਥੇ ਆਖਿਰਕਾਰ ਬਹਿਬਲ ਕਲਾਂ ਜਿਹੜਾ ਆ ਅੱਜ ਤੀਕਰ ਉੱਥੇ ਹੋਇਆ ਕੀ ਆ? ਮੈਂ ਬਰਿਆਣਾ ਸਾਹਿਬ ਪਹਿਲਾਂ ਵੀ ਬੇਨਤੀ ਕਰ ਚੁੱਕਿਆ, 3 ਸਾਲ ਉਸ ਇੰਸੀਡੈਂਟ ਨੂੰ ਹੋ ਗਏ, 3 ਸਾਲ 'ਚ ਵਾਸਤਵਿਕਤਾ ਸਾਹਮਣੇ ਨਹੀਂ ਆਈ। ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛੋ ਜੋ 3 ਸਾਲ ਜਿਨ੍ਹਾਂ ਦੀ ਰਿਸਪੋਂਸੀਬਿਲਟੀ ਸੀ ਕਿ ਵਾਸਤਵਿਕਤਾ ਨੂੰ ਸਾਹਮਣੇ ਲਿਆਇਆ ਜਾਵੇ। ਸੈਣ ਸਾਹਿਬ, ਜਿਵੇਂ ਬਰਗਾੜੀ ਦੀ ਘਟਨਾ ਤੋਂ ਬਾਅਦ ਇੱਕ ਹੋਰ ਨਵਾਂ ਜਿਹੜਾ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ, ਖਾਲਿਸਤਾਨ ਦੇ ਪੋਸਟਰ ਜਿਹੜੇ ਆ, ਖਾਲਿਸਤਾਨ ਦੀਆਂ ਹੋਰਡਿੰਗ ਜਿਹੜੀਆਂ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਲੱਗੀਆਂ ਹੋਈਆਂ, ਖਾਸ ਕਰਕੇ ਚੰਡੀਗੜ੍ਹ ਦੇ ਆਸ ਪਾਸ ਵੀ, ਅੰਮ੍ਰਿਤਸਰ ਵੀ, ਗੁਰਦਾਸਪੁਰ ਵੀ, ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਖਾਲਿਸਤਾਨ ਦੀਆਂ ਹੋਰਡਿੰਗ ਜਿਹੜੀਆਂ ਲੱਗੀਆਂ, ਕਹਾਣੀ ਕਿੱਧਰ ਨੂੰ ਜਾ ਰਹੀ ਹੈ? ਪੰਜਾਬ ਇੱਕ ਸੈਂਸਿਟਿਵ ਬਾਰਡਰ ਸਟੇਟ, ਪਹਿਲਾਂ ਕਾਫੀ ਇੱਥੇ ਖੂਨ ਖਰਾਬਾ ਹੋ ਚੁੱਕਿਆ। ਸਭ ਤੋਂ ਜ਼ਰੂਰੀ ਹਿੰਦੂ ਸਿੱਖ ਏਕਤਾ, ਅਮਨ ਸ਼ਾਂਤੀ, ਇਹ ਸੂਬੇ ਵਾਸਤੇ ਸਭ ਤੋਂ ਜ਼ਰੂਰੀ ਆ ਹੈ। ਜਿਸ ਕਿਸਮ ਨਾਲ ਸੀਰੀਜ਼ ਆਫ ਟਾਰਗੇਟ ਕਿਲਿੰਗਸ ਹੋਈਆਂ, ਜਿਸ ਕਿਸਮ ਨਾਲ ਇਹ ਹੋਰਡਿੰਗਸ ਲੱਗ ਰਹੀਆਂ, ਔਰ ਜੋ ਐਲੀਮੈਂਟ ਇਹ ਹੋਰਡਿੰਗਸ ਲਾ ਰਹੇ ਨੇ ਉਹਨਾਂ ਨੂੰ ਇੰਬੋਲਡਨ ਕੀਤਾ ਜਾ ਰਿਹਾ, ਇਹ ਚਿੰਤਾ ਦਾ ਵਿਸ਼ੇ ਹੈ। ਇੱਕ ਬਹੁਤ ਅਨਫੋਰਚੁਨੇਟ ਇੰਸੀਡੈਂਟ 2015 'ਚ ਹੋਇਆ ਬਹਿਬਲ ਕਲਾਂ, ਹੁਣ ਤੱਕ ਸਿੰਸੀਅਰਿਟੀ ਦੇ ਨਾਲ ਉਹਨਾਂ ਪਰਿਵਾਰਾਂ ਨੂੰ ਜਿੱਥੇ ਮੌਤਾਂ ਹੋਈਆਂ ਉੱਥੇ ਜਸਟਿਸ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਸਿਰਫ ਇੱਕ ਝੂਠ ਤੋਂ ਬਾਅਦ ਦੂਸਰਾ ਝੂਠ ਬੋਲ ਕੇ
ਆਪਣੇ ਆਪਣਾ ਵੈਸਟਡ ਇੰਟਰਸਟ ਪੂਰਾ ਕਰਨ ਵਾਸਤੇ ਉਸ ਇੰਸੀਡੈਂਟ ਦਾ ਦੁਰਉਪਯੋਗ ਕੀਤਾ ਗਿਆ ਹੈ। ਇਹ ਬਹੁਤ ਮਾੜੀ ਗੱਲ ਹੈ। ਸੈਣੀ ਸਾਹਿਬ, ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਨੇ ਕਿ ਦੁਰਉਪਯੋਗ ਕੀਤਾ ਜਾ ਰਿਹਾ, ਇਹ ਸਾਰਾ ਇਹਨੂੰ ਸਾਰੀ ਰਾਜਨੀਤਿਕ ਤੌਰ 'ਤੇ ਇਸਤੇਮਾਲ ਕਰਨ ਦੀ ਕੋਸ਼ਿਸ਼, ਜੇ ਮੈਂ ਕਹਾਂ ਕਿ ਤੁਸੀਂ ਅਸਿੱਧੇ ਤੌਰ 'ਤੇ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਪਿੱਛੇ ਸਾਰੀ ਰਾਜਨੀਤੀ ਹੋ ਰਹੀ ਆ, ਸੋ ਇਸ ਰਾਜਨੀਤੀ ਦੀ ਮੰਸ਼ਾ ਕੀ ਆ, ਕਿ ਇਹ ਇਹ ਕਿੱਧਰ ਨੂੰ ਜਿਹੜਾ ਆ, ਇਹ ਕੀ ਰਾਜਨੀਤੀ ਕਰਨਾ ਚਾਹੁੰਦੇ ਨੇ, ਇਹਦੇ ਪਿੱਛੇ ਰਾਜਨੀਤੀ ਕੀ ਆ? ਬਰਿਆਣਾ ਸਾਹਿਬ, ਤੁਸੀਂ ਆਪ ਦੱਸੋ, ਉਸ ਘਟਨਾ ਨੂੰ 3 ਸਾਲ ਹੋ ਗਏ ਹੈ ਕਿ ਨਹੀਂ ਜੀ? ਉਹਨਾਂ 3 ਸਾਲਾਂ 'ਚ ਕੀ ਵਾਸਤਵਿਕਤਾ ਹੈ ਤੁਹਾਡੇ ਸਾਹਮਣੇ ਜਾਂ ਪਬਲਿਕ ਦੇ ਸਾਹਮਣੇ ਆਈ ਹੈ, ਹਾਂ ਜਾਂ ਨਾ? ਹਾਲੇ ਤੱਕ ਤਾਂ ਨਹੀਂ ਆਈ। ਇਹੀ ਚੀਜ਼ ਮੈਂ ਕਹਿ ਰਿਹਾ ਜੀ, ਜੇ 3 ਸਾਲਾਂ 'ਚ ਕਿਸੇ ਨੇ ਸਿੰਸੀਅਰ ਐਫਰਟ ਹੀ ਨਹੀਂ ਕੀਤੇ ਕਿ ਵਾਸਤਵਿਕਤਾ ਕੀ ਹੈ, ਔਰ ਉਸ ਤੋਂ ਉਸ ਇੰਸੀਡੈਂਟ ਦਾ ਦੁਰਉਪਯੋਗ ਕਰਕੇ ਫਲਾਣੇ ਨੂੰ ਗ੍ਰਿਫਤਾਰ ਕਰ ਲਓ, ਫਲਾਣੇ ਨੂੰ ਨਾ ਗ੍ਰਿਫਤਾਰ ਕਰੋ, ਫਲਾਣੇ ਨੇ ਗੋਲੀ ਚਲਾਉਣ ਨੂੰ ਕਿਹਾ, ਫਲਾਣੇ ਨੇ ਗੋਲੀ ਚਲਾਉਣ ਨੂੰ ਨਹੀਂ ਕਿਹਾ, ਆਪਣਾ ਆਪਣਾ ਜੋ ਜਿਸ ਦਾ ਮਨ ਕਰਦਾ ਆਪਣਾ ਆਪਣਾ ਕੰਕਲੂਜਨ ਦੇਣਾ ਸ਼ੁਰੂ ਕਰ ਦੇਵੇ। ਖਾਲਿਸਤਾਨ ਦੀ ਹੋਰਡਿੰਗ ਜਿਹੜੀਆਂ ਲੱਗੀਆਂ ਹੋਈਆਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਥੋੜ੍ਹਾ ਸਮੇਂ ਜੇ ਕੱਢਿਆ ਜਾਵੇ, ਔਰ ਕੀ ਲਿੰਕ ਹੈ ਅਵਤਾਰ ਸਿੰਘ ਪੰਨੂ, ਜਿਸਨੇ ਆ ਖਾਲਿਸਤਾਨ ਦੇ ਰੈਫਰੈਂਡਮ ਦਾ ਜੋ ਕਨਵੀਨਰ ਹੈ, ਔਰ ਇਹਨਾਂ ਲੋਕਾਂ ਦੇ ਜਿਹੜੇ ਇੱਥੇ ਇਸ ਕਿਸਮ ਦੀਆਂ ਗਤੀਵਿਧੀਆਂ ਕਰ ਰਹੇ ਨੇ, ਥੋੜ੍ਹਾ ਟਾਈਮ ਕੱਢਿਆ ਜਾਵੇ, ਉਹਨਾਂ ਦੇ ਲਿੰਕ ਪ੍ਰੋਬ ਕੀਤੇ ਜਾਣ ਤਾਂ ਕਾਫੀ ਕੁਛ ਸਾਹਮਣੇ ਆਏਗਾ। ਕੀ ਇਹ ਲੱਗ ਰਿਹਾ ਕਿ ਇਹਦੇ ਪਿੱਛੇ ਕਾਂਗਰਸ ਗੌਰਮੈਂਟ ਜਿਹੜੀ ਆ ਆਪਣੀ ਰਾਜਨੀਤੀ ਚਮਕਾ ਰਹੀ ਆ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਦਲ ਨੂੰ ਖਤਮ ਕੀਤਾ ਜਾ ਸਕੇ? ਦੇਖੋ, ਇਹਨਾਂ ਦੀ ਰਾਜਨੀਤਿਕ ਆਪਸ 'ਚ ਕੀ ਹੈ ਉਹਦੇ ਵਿੱਚ ਮੈਂ ਜਾਣਾ ਨਹੀਂ ਚਾਹੁੰਦਾ। ਸਿੰਨੀ ਸਾਹਿਬ, ਆਖਰ ਦੇ ਵਿੱਚ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਜਿਵੇਂ ਇੱਕ ਕੜੀ ਜਿਹੜੀ ਆ ਚਲਾਈ ਜਾ ਰਹੀ ਆ, ਚਰਨਜੀਤ ਸ਼ਰਮਾ ਹੁਣਾਂ ਨੂੰ ਅਰੈਸਟ ਕੀਤਾ ਗਿਆ, ਪਰਮਰਾਜ ਉਮਰਾਨੰਗਲ ਹੁਣਾਂ ਨੂੰ ਅਰੈਸਟ ਕੀਤਾ ਗਿਆ, ਉਸ ਤੋਂ ਬਾਅਦ ਇਹ ਗੱਲ ਜਿਹੜੀ ਚਰਚਾ ਦੇ ਵਿੱਚ ਆ ਉਹ ਤੁਹਾਨੂੰ ਅਰੈਸਟ ਕਰਨਗੇ, ਫਿਰ ਸੁਖਬੀਰ ਸਿੰਘ ਬਾਦਲ ਨੂੰ, ਕੀ ਇਹ ਕੜੀ ਦਾ ਮਤਲਬ ਕੀ ਆ, ਇਹ ਕੀ ਲੱਗ ਰਿਹਾ ਕਿ ਉਹਨਾਂ ਨੂੰ ਤੁਹਾਨੂੰ ਗ੍ਰਿਫਤਾਰ ਕਰਕੇ ਰਾਜਨੀਤਿਕ ਲਾਭ ਪ੍ਰਾਪਤ ਹੋਏਗਾ? ਇਹ ਸਵਾਲ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਕੜੀ ਬਣਾਈ ਹੈ। ਸੈਣੀ ਸਾਹਿਬ, ਦਲ ਖਾਲਸਾ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਜਦੋਂ ਉਮਰਾਨੰਗਲ ਹੁਣਾਂ ਨੂੰ ਗ੍ਰਿਫਤਾਰ ਕੀਤਾ ਅਤੇ ਤੁਸੀਂ ਉਹਨਾਂ ਦੀ ਹੱਕ ਦੇ ਵਿੱਚ ਉਤਰੇ ਹੋ, ਸੋ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਆ ਰਹੀ ਆ ਕਿ ਉਮਰਾਨੰਗਲ ਹੁਣਾਂ ਦਾ ਜਿਵੇਂ ਪੁਰਾਣੇ ਪੰਜਾਬ ਦੇ ਵਿੱਚ ਅੱਤਵਾਦ ਸੀਗਾ ਅਤੇ ਉਦੋਂ ਉਹਨਾਂ ਦੀ ਭੂਮਿਕਾ 'ਤੇ ਕਿਤੇ ਨਾ ਕਿਤੇ ਸਵਾਲ ਉੱਠਦੇ ਰਹੇ ਨੇ, ਅਤੇ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਤੁਹਾਨੂੰ ਦਲ ਖਾਲਸਾ ਦਾ ਬੈਕਗਰਾਊਂਡ ਪਤਾ ਹੈ, ਐਂਟੀ ਰੈਡੀਕਲ ਹੋਣਾ, ਐਂਟੀ ਟੈਰਰਿਸਟ ਹੋਣਾ, ਐਂਟੀ ਖਾਲਿਸਤਾਨ ਹੋਣਾ, ਇਹ ਕਿਸੇ ਧਰਮ ਦੇ ਐਂਟੀ ਹੋਣਾ, ਕਿਸੇ ਕਮਿਊਨਿਟੀ ਦੇ ਐਂਟੀ ਹੋਣਾ ਨਹੀਂ ਹੈ। ਸਰ ਪਰਮਰਾਜ ਸਿੰਘ ਉਮਰਾਨੰਗਲ ਇੱਕ ਨੈਸ਼ਨਲਿਸਟ ਪੁਲਿਸ ਅਫਸਰ ਹਨ, ਉਹਨਾਂ ਨੇ ਐਂਟੀ ਟੈਰਰਿਸਟ ਕੰਮ ਵੀ ਕੀਤਾ, ਖਾਲਿਸਤਾਨੀਆਂ ਦੇ ਉਲਟ ਲੜੇ ਨੇ, ਰੈਡੀਕਲਸ ਨੂੰ ਕੰਟਰੋਲ ਕੀਤਾ। ਹੁਣ ਜੇ ਦਲ ਖਾਲਸਾ ਵਰਗੇ ਉਹਨਾਂ 'ਤੇ ਟਿੱਪਣੀ ਦੇ ਰਹੇ ਨੇ, ਇਹ ਬੜੀ ਸ਼ਰਮ ਦੀ ਗੱਲ। ਤੁਹਾਨੂੰ ਲੱਗ ਰਿਹਾ ਕਿ SIT ਜਿਹੜੀ ਆ ਤੁਹਾਨੂੰ ਬੁਲਾ ਸਕਦੀ ਆ ਜਾਂਚ ਦੇ ਵਿੱਚ, ਅਤੇ ਤੁਸੀਂ ਕਿਵੇਂ ਜਾਂਚ ਦੇ ਸਹਿਯੋਗ ਦਿਓਗੇ ਇਸ ਮਾਮਲੇ ਦੇ ਵਿੱਚ? ਸਾਰੇ ਜ਼ਰੂਰ ਦੇਵਾਂਗੇ। ਕਿਵੇਂ ਤੁਸੀਂ SIT ਕੋਲ ਜਾਂਚ ਲਈ ਜਾਓਗੇ ਜੇ ਬੁਲਾਉਂਦੇ ਆ ਤਾਂ? ਮੈਂ ਤੁਹਾਨੂੰ ਦੱਸਿਆ ਹੈ, ਜੇ ਕਿਸੇ ਵੀ ਤਫਤੀਸ਼ੀ ਏਜੰਸੀ ਨੂੰ, ਕਿਸੇ ਟੀਮ ਨੂੰ ਜਾਂਚ 'ਚ ਸਹਿਯੋਗ ਚਾਹੀਦਾ ਹੈ, ਉਹ ਜ਼ਰੂਰ ਦੇਵਾਂਗੇ ਜੀ। SIT ਦੇ ਉੱਤੇ ਵੀ ਸਵਾਲ ਜਿਹੜੇ ਆ ਸਿੰਨੀ ਸਾਹਿਬ ਉੱਠਦੇ ਰਹੇ, ਕੀ ਤੁਹਾਨੂੰ ਲੱਗ ਰਿਹਾ ਕਿ ਇਹ ਜਾਂਚ SIT ਕੋਲ ਹੋਣੀ, ਪੰਜਾਬ ਪੁਲਿਸ ਕੋਲ ਹੀ ਚਾਹੀਦੀ ਆ, ਕਿ ਜਾਂ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਜਿਹੜੀ ਆ CBI ਕੋਲ ਜਾਣੀ ਚਾਹੀਦੀ, ਕਿਉਂਕਿ ਇਹ ਵੀ ਕਿਹਾ ਜਾਂਦਾ ਕਿ CBI ਨੇ ਪਿੱਛੇ ਜਿਹੜੀ ਜਾਂਚ ਦਿੱਤੀ ਸੀ ਅਕਾਲੀ ਗੌਰਮੈਂਟ ਨੇ ਜਿਹੜੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੀ, ਉਹਦੇ ਵਿੱਚ CBI ਨੇ ਕੁਛ ਨਹੀਂ ਕੀਤਾ? ਇਹ ਮਸਲਾ ਹਾਈਕੋਰਟ ਦੇ ਵਿੱਚ ਡਿਸਾਈਡ ਕੀਤਾ ਗਿਆ ਸੀ, ਇਹਦੇ ਉੱਤੇ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਸਨ ਪੰਜਾਬ ਦੇ ਸਾਬਕਾ DGP ਸੁਮੇਰ ਸਿੰਘ ਸੈਣੀ, ਜਿਨ੍ਹਾਂ ਨੇ ਪਹਿਲੀ ਵਾਰ ਨਿਊਜ਼ 18 'ਤੇ ਬਹਿਬਲ ਕਲਾਂ ਅਤੇ ਕੋਟਕਪੂਰੇ ਘਟਨਾਵਾਂ ਦਾ ਬੇਬਾਕ ਬਿਊਰਾ ਦਿੱਤਾ।